ਸਾਡੇ ਕੋਲੇ ਜੀ ਫੌਜੀ ਵਾਲੇ ਕਬੂਤਰ ਨੇ ਬਾਲੇ ਜਾਂਦੇ ਮੇਰੇ ਤਾਂ ਬਾਈ ਵਾਲਿਆਂ ਨਾਲ ਉੱਡੇ ਉਹ ਸਾਹ ਤਾਜਪੁਰ ਕਬੂਤਰੀ ਬਹੁਤ ਜ਼ਿਆਦਾ ਉੱਡੀ ਆਪਣੀ ਬਾਜੀਆਂ ਛੱਡੀਆਂ ਸੀ ਤਿੰਨੀ ਜਿੱਤਿਆ ਸੀ ਫੌਜੀ ਵਾਲੇ ਕਬੂਤਰ ਸੀਗੇ ਟੀਰੇ ਆ ਜਿਹੜੇ ਟੀਰ ਵਾਲੇ ਕਬੂਤਰ ਆ ਉਹ ਮੈਂ ਰੱਖ ਲੈਣਾ ਉਹਨਾਂ ਦੀ ਲਾਦ ਬਾਲੀ ਜਾਂਦੇ ਉਹ दूजे पानी भजन के चांस हो जाते आलू बुखारा लाउना जाने की विसाख आप तो बड़े आदर फौजी वाले कबूतर आ ठीक है खट्टी काली बजते फौजी वाले जो टांकी वाले बजते ने आए टांक कड़ते ने बहुत नजायज ही उड़ते हैं जी नौ बाजियां उड़िया नौ जितते ही जितया टीर पा जाते बड़ी कबूतरी आ टीरे टूरे सारे कड़ती है जी एक इन्हों की यह निशानी है जी जे बाले चंगे कबूतर है काले जी काफी तो जाने की एक चार पांच कड़े ने चार पांच रखे ही ने बहुत ज्यादा जोर मारते हैं जी मैं कहना जी यदि लाद इन्नी उड़ती है साढ़े को दादा दूरा दस्से पुछ लो मैं अच्छ कबूतर ने बाजी जितनी जितनी है मैं अच्छा कुछ हो जाए ये कबूतर मेरा बना प्योर है सौ पैसे मां खट्टी काली दी सत श्री अकाल दोस्तो मैं तुहाडा दोस्त डॉक्टर प्रभदयाल सिंह अज आपां पहुंचे हां रैकोट इत्थे आपां सुपरस्टार कबूतरबाज मद्दी वीर नाल गलबात करांगे इन्हां दे नाल अपना मेल मिलाप कराउण वाले सुपरस्टार रैकोट तों लाली वीर कबूतरबाज इन्हां नूं तां सारे ही जाणदे आ तकरीबन ते अज इन्हां ने अपना मित्र नाल मिलाया इन्हां दा वी दिलों धन्नवाद ते आजो गलबात दोस्तों करदे हां आपां ਮਾਦੀ ਕਬੂਤਰਬਾਜ ਵੀਰ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰੇ ਸਤਿ ਸ਼੍ਰੀ ਅਕਾਲ ਘਰ ਆਏ ਨੂੰ ਹੋ ਠੀਕ ਠਾਕ ਆ ਜੀ ਸਾਰੇ ਗਰੁੱਪ ਵਾਲੇ ਠੀਕ ਠਾਕ ਆ ਧੰਨਵਾਦ ਤੁਹਾਡਾ ਵੀਰ ਜੀ ਬਹੁਤ ਬਹੁਤ ਤੇ ਵੀਰ ਜੀ ਕਦੋਂ ਕਦਾ ਸ਼ੌਂਕ ਪਿਆ ਵੈ ਤੁਹਾਨੂੰ ਇਹ ਕਦੋਂ ਦੇ ਰੱਖੇ ਵੇ ਤਾਂ ਇਹ ਮੰਨ ਕੇ ਚੱਲੋ ਜੀ ਮੇਰੀ ਉਮਰ ਹੋ ਗਈ 8 ਸਾਲ ਦਾ ਸੀਗਾ ਠੀਕ ਆ ਜੀ ਉਦੋਂ ਕਦਾ ਸੀਗਾ ਉਦੋਂ ਸੀਗੇ ਕੁਸ ਲੱਕੇ ਸੀਗੇ ਕੁਸ ਦੂਜੇ ਸੀਗੇ ਬਾਪੂ ਦੇ ਰੱਖੇ ਹੋਏ ਅੱਛਾ ਪਹਿਲਾਂ ਤੋਂ ਰੱਖੇ ਵੇ ਬਾਪੂ ਥੋੜੇ ਹਾਂ ਰਲਮੇ ਮਿਲਮੇ ਜੀ ਸੀਗੇ ਠੀਕ ਆ ਚੱਲ ਅਸੀਂ ਇੱਥੇ ਕੋਈ ਕਬੂਤਰ ਆ ਜਾਂਦਾ ਜੀ ਫੜ ਲੈਂਦੇ ਸੀ ਕਬੂਤਰਾਂ ਚਾਹ ਜਾਂ ਪੂਰਾ ਕਰ ਲੈਂਦੇ ਸੀ ਠੀਕ ਹੈ ਜੀ ਠੀਕ ਕੋ ਸਕੂਲੇ ਸਕਲੇ ਜਾਂਦੇ ਸੀ ਮਾੜਾ ਮੋਟਾ ਉਹਦੇ ਨਾਲ ਚੱਲੀ ਜਾਂਦਾ ਸੀ ਠੀਕ ਹੈ ਜੀ ਤੇ ਇਹ ਮਿੱਤਰ ਪਿਆਰੇ ਸਾਰੇ ਦੋਸਤ ਮਿੱਤਰੀ ਆ ਜਾਂ ਘਰਾਂ ਚੋਂ ਇਹਨਾਂ ਦੀ ਇੰਟਰੋਡਕਸ਼ਨ ਕਰਾ ਦਿੰਦੇ ਵੀਰ ਇਹ ਵੀਰ ਆਪਣਾ ਭਰਾਈ ਆ ਠੀਕ ਹੈ ਜੀ ਉਧਰ ਫੱਕਾ ਜਾ ਚਾਵਾ ਠੀਕ ਹੈ ਇਹਦੇ ਵੀ ਰੱਖੇ ਹੋਏ ਹਾਂ ਇਹਨਾਂ ਦੇ ਵੀ ਰੱਖੇ ਹੋਏ ਆ ਜੀ ਠੀਕ ਹੈ ਜੀ ਹਾਂਜੀ ਤੇ ਇਧਰੋਂ ਵੀਰ ਹੁਣਾਂ ਦਾ ਇਧਰ ਇਹ ਆਪਣਾ ਚੇਲਾ ਹੀ ਆ ਜੀ ਠੀਕ ਹੈ ਜੀ ਆਮ ਹਾਂ ਇਹ ਪਿਛਲੇ ਸਾਲ ਬਣ ਕੇ ਗਿਆ ਸੀ ਆਪਾਂ ਕੋ ਉਹ ਲਿਆ ਨਹੀਂ ਸੀਗਾ ਠੀਕ ਹੈ ਜੀ ਉਹ ਮੈਂ ਕਿਹਾ ਭਰਾ ਮੰਗੂ ਜਿਵੇਂ ਮਰਦੇ ਇਹ ਬਾਈ ਜੀ ਹੁਣਾਂ ਦਾ ਲੱਗਦੀ ਹੈ ਨਾ ਬਾਈ ਦਾ ਪਿਓ ਹੀ ਆ ਇੱਕ ਕਿਸਮ ਦਾ ਹੀ ਸਮਝ ਲਓ ਠੀਕ ਹੈ ਜੀ ਠੀਕ ਹੈ ਇਹਨਾਂ ਦਾ ਇਹ ਤਾਂ ਸੀਨੀਅਰ ਹੀ ਆ ਜਾਨੀ ਦੀ ਇਹ ਤੋਂ ਬਿਨਾ ਕਬੂਤਰ ਜਾਨੀ ਦੀ ਜਿੰਨਾ ਚਿਰ ਚੱਲਿਆ ਮੈਂ ਤੁਰਿਆ ਉੱਠਿਆ ਕਬੂਤਰਬਾਜੀ ਦੀ ਲਾਈਨ 'ਚ ਉੱਠਿਆ ਠੀਕ ਇਹਨਾਂ ਦਾ ਸੰਯੋਗ ਹੈ ਸਾਡਾ ਸਾਥ ਤਾਂ ਚੱਲ ਬੰਦਾ ਇੱਧਰ ਉੱਧਰ ਤਾਂ ਹੁਣ ਤੈਨੂੰ ਪਤਾ ਜਦੋਂ ਬੰਦਿਆ ਚਾਰ ਬੰਦਿਆਂ ਨਾਲ ਬਹਿਣ ਲੱਗ ਜਾਂਦਾ ਇੱਧਰ ਉੱਧਰ ਗਰੁੱਪ ਨਾਲ ਗੱਲਾਂ ਹੁਣ ਕਿਸੇ ਨਾਲ ਵੀ ਮਿਲ ਵਿੜਾਉਟ ਹੋਣ ਲੱਗ ਜਾਂਦਾ ਹੁੰਦਾ ਬੰਦੇ ਦਾ ਉਵੇਂ ਗੱਲ ਹੋਣ ਲੱਗ ਜਾਂਦੀ ਹੁੰਦੀ ਤੇ ਕਬੂਤਰ ਫਿਰ ਕਿਹੜੀ ਨਸਲ ਦੇ ਆ ਤੁਹਾਡੇ ਕੋਲ ਕਬੂਤਰ ਜੀ ਸਾਡੇ ਕੋਲੇ ਜੀ ਫੌਜੀ ਵਾਲੇ ਕਬੂਤਰ ਨੇ ਠੀਕ ਆ ਉਧਰੋਂ ਪੈਲ ਕਿੰਨੀ ਦਵਾਈ ਸੀ ਮੁੱਲ ਲਏ ਸੀ ਮੈਂ ਅੱਛਾ ਮੁੱਲ ਲਏ ਵੇ ਹਾਂ ਪਹਿਲਾਂ ਇੱਕ ਜੋੜਾ ਲਿਆ ਸੀ ਫਿਰ ਮੈਨੂੰ ਦਵਾਈ ਸੀ ਕਿਸੇ ਨੇ ਖੁੱਡੇ ਹੀ ਦਵਾਤਾ ਸੀਗਾ ਠੀਕ ਆ ਹਾਂ ਉਹ ਨੂਲਾ ਪਿੰਡ ਤੋਂ ਸੁੱਖੇ ਨੇ ਦਿੱਤਾ ਸੀਗਾ ਉਹਦੇ ਵਿੱਚੋਂ ਆਪਾਂ ਕਬੂਤਰ 5-4 ਕੀ ਰੱਖੇ ਸੀ ਬਾਕੀ ਤਾਂ ਮੈਂ ਉਹੀ ਦਿੱਤੇ ਸੀ ਵੰਡ ਵੰਡ ਦਿੱਤੇ ਸੀ ਠੀਕ ਆ ਜੀ ਆਪਾਂ ਜਿਹੜੇ ਕਬੂਤਰ ਆਪਣੇ ਮਨਪਸੰਦ ਦੇ ਉਹ ਵੀ ਬੰਦਾ ਬਾਜੀਆਂ ਛੱਡਦਾ ਸੀ ਫਿਰ ਜਿਹਦੇ ਖੁੱਡਾ ਹੀ ਲਿਆ ਹਾਂ ਉਹ ਛੱਡਦਾ ਸੀਗਾ ਕਬੂਤਰ ਫੌਜੀ ਵਾਲੇ ਕਬੂਤਰ ਸੀ ਉਹਦੇ ਕੋਲੇ ਠੀਕ ਹੈ ਜਿਵੇਂ ਹਿੱਲ ਕੇ ਚਲੇ ਗਏ ਜਾਂ ਉਹਨਾਂ ਨੇ ਕਿਵੇਂ ਵੀ ਕਰਿਆ ਹੋਇਆ ਸੀ ਜਾਨੀ ਵੀ ਆਪਾਂ ਨੂੰ ਸਿਆਣ ਸੀਗੀ ਠੀਕ ਆਪਾਂ ਉਹ ਦੇਖਿਆ ਦੇਖ ਕੇ ਫੜ ਉਹ ਕਬੂਤਰ ਆਪਾਂ ਲੈ ਲਏ ਜਿਹਦੀ ਠੀਕ ਆ ਮੈਂ ਕਿਹਾ ਕਬੂਤਰ ਚਾਹੀਦਾ ਹੋਰ ਕਿਹੜੇ ਖਿਡਾਰੀਆਂ ਨਾਲ ਕੰਟੈਕਟ ਆ ਤੁਹਾਡਾ ਜਿਨ੍ਹਾਂ ਨਾਲ ਲੈਣ ਦੇਣ ਤੇ ਆਪਾਂ ਬਾਈ ਮਿੱਠੂ ਕੋਲੋਂ ਵੀ ਲੈ ਕੇ ਆਏ ਸੀ ਮਹਾਰਾਜ ਤੋਂ ਕਬੂਤਰ ਠੀਕ ਆ ਅਸਾਂ ਉਹਨਾਂ ਤੋਂ ਵੀ ਲਿਆ ਹਾਂ ਉਹਨਾਂ ਤੋਂ ਵੀ ਲੈ ਕੇ ਆਏ ਸੀ ਇੱਕ ਕਬੂਤਰ ਲੈ ਕੇ ਆਏ ਸੀ ਬਹੁਤ ਚੰਗਾ ਕਬੂਤਰ ਦਿੱਤਾ ਸੀਗਾ ਠੀਕ ਆ ਪਤਾ ਨਹੀਂ ਖੁੜਿਆਂ ਖੜਿਆਂ ਵਾਲੇ ਕਹਿੰਦੇ ਸੀ ਉਹ ਵੱਜਦੇ ਸੀ ਉਹਨਾਂ ਦੇ ਲਾਲ ਜਿੰਨਾ ਕਬੂਤਰ ਸੀਗਾ ਓਕੇ ਹਾਂ ਬਾਈ ਤੋਂ ਵੀ ਬਹੁਤ ਆਏ ਆ ਮੈਂ ਤੈਨੂੰ ਝੂਠ ਮੋਰੀ ਹੈ ਬਾਈ ਤੋਂ ਤਾਂ ਮੈਂ ਬੱਚੇ ਬੁੱਚੇ ਵੀ ਛੋਟਾ ਹੁੰਦਾ ਸੀਗਾ ਬਾਈ ਨੇ ਕੋਈ ਬੱਚਾ ਜਿਵੇਂ ਛੋਟਾ ਹੋਣਾ ਨੇ ਕਹਣਾ ਮੱਦੀ ਜਾ ਪਾੜ ਲਾ ਉੱਥੇ ਠੀਕ ਉਵੇਂ ਲਿਆਉਂਦੇ ਸੀ ਲੈ ਲੂੰਦਾ ਸੀ ਮੈਂ ਤੈਨੂੰ ਕਹਦਾ ਬਹੁਤ ਵਧੀਆ ਉੱਡੇ ਸਾਡੇ ਉਹਦੇ ਕਬੂਤਰ ਨਾਲ ਜਿਵੇਂ ਵੀ ਮੇਲ ਪਤਾਲ ਮੇਲ ਹੋ ਜਾਂਦਾ ਕਬੂਤਰ ਨਾਲ ਅਸਾਂ ਮਿਸ ਪਾ ਕੇ ਕਢਾਈ ਜਿਵੇਂ 4-5 ਨਾਲ ਜਿਹੜਾ 4-5 ਜੋੜੇ ਲੱਗ ਗਏ 4-5 ਚ ਬਾਈ ਵਾਲੇ ਕਬੂਤਰਾਂ ਨਾਲ ਉੱਡ ਕੇ ਬਾਲੇ ਜਾਂਦੇ ਮੇਰੇ ਤਾਂ ਬਾਈ ਵਾਲਿਆਂ ਨਾਲ ਉੱਡੇ ਉਹ ਸਾਲ ਠੀਕ ਆ ਹਾਂ ਫਿਰ ਇੱਕ ਮੁੰਡੇ ਹੋਰ ਸੀਗੇ ਮੈਨੂੰ ਦਿੱਤੇ ਜਵਾਕ ਆ ਭਾਣਜੇ ਵੱਜਦੇ ਨੇ ਲੰਮੇ ਜੱਟਪੁਰੇ ਤੋਂ ਉਹਨਾਂ ਨੇ ਮੈਨੂੰ ਕਬੂਤਰ ਦਿੱਤੇ 4-5 ਉਹ ਪਾ ਕੇ ਮੈਂ ਆਪਦੀ ਮੈਸ ਬਣਾਈ ਬਾਲੇ ਜਾ ਕੇ ਤੇ ਜਾਦੇ ਉੱਡੇ ਫਿਰ ਨਜਾਇਜ਼ ਹੀ ਉੱਡਣ ਲੱਗੇ ਬਾਈ ਵਾਲੇ ਕਬੂਤਰਾਂ ਨਾਲ ਪਾ ਕੇ ਨਜਾਇਜ਼ ਹੀ ਉੱਡਣ ਲੱਗੇ ਠੀਕ ਆ ਤੇ ਬਾਜੀਆਂ ਨੂੰ ਛੱਡਦਿਆਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਆਪਾਂ ਜੀ ਪਹਿਲੀ ਬਾਜੀ ਤਾਂ ਜੀ ਛੱਡੀ ਸੀ ਮੈਂ 2004 ਚ ਛੱਡੀ ਸੀ ਜੀ ਅੱਛਾ ਪਹਿਲੀ ਬਾਜੀ ਹਾਂ ਜੀ ਕਿਹੜੇ ਪਿੰਡ ਆ ਇਹਦੇ ਲਵੇ ਜੀ ਜਦੋਂ ਪਖਵਾਲ ਦੇ ਬੁਰਜ ਨਹੀਂ ਉਹ ਬੁਰਜ ਨਾ ਰਾਜਗੜ੍ਹ ਜੀ ਰਾਜਗੜ੍ਹ ਛੱਡੀ ਸੀਗੀ ਓਕੇ ਪਹਿਲੀ ਬਾਜੀ ਹਾਂ ਜੀ ਉਹ ਕਬੂਤਰੀ ਤਾਂ ਘਰੇ ਬਹੁਤ ਜ਼ਿਆਦਾ ਉੜਦੀ ਸੀ ਉਹ ਚਲੀ ਗਈ ਸੀ ਕੋਈ ਅੱਛਾ ਉੱਥੋਂ ਦੰਡ ਲੋਟ ਜਈ ਸੀਗਾ ਚਲੀ ਗਈ ਸੀ ਰਾਤ ਨੂੰ ਮੁੜ ਕੇ ਕਹਿੰਦੇ 8-8 ਵਜੇ ਡਿੱਗੀ ਸੀਗੀ ਰਾਤ ਨੂੰ ਸਾਨੂੰ ਬੰਦੇ ਨੇ ਫੋਨ ਵੀ ਕਰਿਆ ਕਹਿੰਦਾ ਲੈ ਜਾਓ ਸਾਡੇ ਯਾਰ ਬਾਈ ਨੇ ਸਾਨੂੰ ਕਹਤਾ ਕਹਿੰਦਾ ਜਿਹੜਾ ਇੰਨਾ
ਕਰ ਗਿਆ ਧੱਕਾ ਕਬੂਤਰ ਜਦੋਂ ਪੁੱਤਾਂਗੂ ਸਾਹਮਣੇ ਕੋਈ ਧੱਕਾ ਜਾ ਕਰਦੇ ਕਬੂਤਰ ਬੰਨ ਨਹੀਂ ਪੈਂਦਾ ਦਿਲ जवाक चलो हुण अपने बराबर तो भी निंग चले मर्जी मन लो जी एक बार गुर देना ही पैंदा हुंदा जिहड़ा लैण देना ओह आपां दे दो जिहड़ा खेड सिखाई होंगी ना भूलो ठीक है मुकाबले जिथे ताजपुर कबूतरी बहुत ज्यादा उड़ी अपनी ठीक है एक घंटा 40 मिनट उड़ी हरदासपुरे भी बालिया ज्यादा दो उड़िया फिर कहर दी बाजी4 बजे बाजी जित ली सी खेड़ी आले कबूतर कबूतर बड़े ने कहिंदा चार अपनी बाजी जित ली मैं किन्ने रह गए कहिंदा 4 रह गए मैं कहा जरा चल बाला ਕਹਿੰਦਾ ਬਹਿਣੀ ਨੀ ਉਹ ਗੋਲਿਆਂ ਚ ਰਹਿ ਕੇ ਆਈ ਹੋਈ ਸੀ 20-22 ਦਿਨ ਠੀਕ ਆ ਉਹ ਘਤੌਤੇ ਜੀ ਤਾਂ ਕਰਨੀ ਸੀ ਉਹ ਗੋਲਿਆਂ ਚ ਜਾ ਬੈਠੀ 8 ਨੇ ਪਨੀਰੀ ਨੀ ਜਦੋਂ ਬੁਲਾਉਂਦੇ ਆਪਾਂ ਪਾਣੀ ਪੂਣੀ ਲਾਉਂਦੇ ਆ ਉਹਦੇ ਚ ਜਾ ਬੈਠੀ ਅੱਛਾ ਜੂਨ ਦੇ ਵਿੱਚ ਜਿੱਤੇ ਦੇ ਹਾਂ ਉਹ ਪਾਣੀ ਦੇ ਵਿੱਚ ਜਾ ਡਿੱਗੀ ਬਹਿ ਗਈ ਉਹਦੇ ਚ ਪਨੀਰੀ ਨੂੰ ਪਾਣੀ ਲੱਗਦਾ ਸੀ ਉਹਦੇ ਚ ਜਿਵੇਂ ਇੱਥੇ ਗੋਲਿਆਂ ਦੇ ਮਗਰ ਜਾ ਬੈਂਦੀ ਸੀ ਜਦੋਂ ਬਾਜੀ ਜਿੱਤ ਕੇ ਇਕੱਲੀ ਰਹਿ ਗਈ ਕਿਹੜੀ ਨਸਲ ਚੋਂ ਸੀ ਉਹ ਕਹੇ ਜੇ ਕੀ ਫੌਜੀ ਵਾਲੇ ਕਬੂਤਰ ਸੀਗੇ ਟੀਰੇ ਆਪਣੇ ਕੋਲ ਚਿੱਟੇ ਟੀਰ ਵਾਲੇ ਨੇ ਜੀ ਅੱਛਾ ਚਿੱਟੇ ਆ ਹਾਂ ਚੰਦ ਵਾਲਾ ਟੀਰ ਬਣਦਾ ਵਾ ਕਬੂਤਰਾਂ ਦੇ ਓਕੇ ਹਾਂ ਮਾਂ ਪਿਓ ਖੱਟੀਆਂ ਅੱਖਾਂ ਦਾ ਖੱਟੀਆਂ ਦਾ ਕਬੂਤਰ ਆ ਚਿੱਟੀਆਂ ਦੀ ਕਬੂਤਰੀ ਉਹਨਾਂ ਦੀ ਮਾਂ ਠੀਕ ਆ ਅੱਛਾ ਬੱਚੇ ਗਾਹਾਂ ਉਹ ਟੀਰ ਵਾਲੇ ਕੱਢਦੇ ਟੀਰ ਵਾਲੇ ਵੀ ਕੱਢਦੇ ਤੇ ਖੱਟੀਆਂ ਖੁੱਟੀਆਂ ਦੇ ਤਾਂ ਬਾਲੇ ਜਾਦੇ ਕੱਢਦੇ ਜਾਣੀ ਦੀ ਟੀਰ ਵਾਲੇ ਦੇ ਜਿਹੜੇ ਟੀਰ ਵਾਲੇ ਕਬੂਤਰ ਆ ਉਹ ਮੈਂ ਰੱਖ ਲੈਣਾ ਉਹਨਾਂ ਦੀ ਲਾਦ ਬਾਲੇ ਜਾਦੇ ਉੜਦੀ ਆ ਟਾਂਕੀ ਵਾਲੇ ਵੱਜਦੇ ਆ ਉਹ ਆਪਾਂ ਨੂੰ ਤਾਂ ਇੰਨਾ ਪਤਾ ਨਹੀਂ ਟਮੋਟ ਵਾਲੇ ਦੇ ਪੱਟਾਂ ਕੀ ਹਾਲ ਤੈਨੂੰ ਦਿਖਾਉਂਗਾ ਬਾਲੇ ਜਾਦੇ ਨੇ ਠੀਕ ਆ ਜੀ ਬਾਲੇ ਟੌਪ ਮਾਰੀ ਜਾਂਦੇ ਆ ਜੀ ਇੱਥੇ ਹਰਦਾਸਪੁਰੇ ਵੀ ਕਿਹੜਾ ਚਲੋ ਆਪਾਂ ਬਾਜੀ ਤਾਂ ਕੀ ਵੰਡਣੀ ਸੀਗੀ ਇੱਕ ਦੂਜੇ ਨਾਲ ਕੋਈ ਗੱਲਬਾਤ ਹੋਈ ਆਪਾਂ ਬਾਜੀ ਨਹੀਂ ਵੰਡੀ ਸੀ ਮਗਰ ਮੂਰੇ ਹਰੇ ਸੀ ਆਪਾਂ ਠੀਕ ਆ ਛੋਟੇ ਪਿੰਡਾਂ ਤੇ ਵੀ ਖੜ ਜਾਂਦੇ ਮੈਂ ਕਹਿੰਦਾ ਜੀ ਜਿੱਥੇ ਮਰਜ਼ੀ ਆਹਾ ਜਾ ਕੇ ਆਪਾਂ ਮੰਨ ਕੇ ਚਲੋ ਬੁਰਜ ਲਗਲੀਆਂ ਹੋ ਗਿਆ ਜਿੱਥੇ ਮਰਜ਼ੀ ਬੁਰਜ ਹਕੀਮਾ ਹੋ ਗਿਆ ਛੋਟੇ ਛੋਟੇ ਪਿੰਡਾਂ ਤੇ ਇਹ ਜੇ ਜਾਂਦੇ ਵੀ ਆ ਨਾ ਵੱਡੀ ਗੱਲ ਜਾਣਦੀ ਆ ਜੇ ਜਾ ਵੜੇ ਤੂੰ ਇਹ ਪਿੰਡ ਉੱਤੋਂ ਦੀ ਗੇੜਾ ਹੀ ਦੇਣਾ ਜੀ ਇਹਨਾਂ ਨੇ ਓਕੇ ਫੇਰ ਉੱਥੇ ਆ ਜਾਂਦੇ ਪਿੰਡ ਤੇ ਦੀ ਜਿਵੇਂ ਚਲੇ ਗਏ ਇਹਨਾਂ ਨੂੰ ਐ ਹੋ ਜਾਂਦਾ ਘਰ ਨਹੀਂ ਸਾਨੂੰ ਦੇਖਿਆ ਚੱਲ ਪਿੱਛੇ ਚੱਲ ਪਿੱਛੇ ਆਈ ਕਹਿ ਦਿੰਦੇ ਆ ਸਖਾਣੇ ਦੇਖ ਲਓ ਕਿੱਡਾ ਕਾ ਪਿੰਡ ਆ ਬਾਈ ਨਾਲ ਹੀ ਸੀ ਗਿਆ ਮੈਂ ਕਿਹਾ ਬਾਈ ਇੱਥੇ ਮੈਨੂੰ ਜਵਾਬ ਬੰਦਿਆਂ ਨੇ ਕਹਿਤਾ ਕਹਿੰਦਾ ਤੇਰੀ ਚਲੀ ਗਈ ਮੈਂ ਕਿਹਾ ਗੇੜਾ ਹੀ ਦੇਣਾ ਬਾਈ ਮੈਂ ਕਿਹਾ ਪਿੰਡ ਉੱਤੋਂ ਦੀ ਮੈਂ ਕਿਹਾ ਬਹਿੰਦੇ ਨਹੀਂ ਲੱਤਾਂ ਨਹੀਂ ਕੱਢਣਗੇ ਜੇ ਲੱਤਾਂ ਵੀ ਕੱਢ ਲਈਆਂ ਇਹਨਾਂ ਨੇ ਛਤਰੀ ਦੇਖ ਕੇ ਮੁੜ ਜਾਣਾ ਵੀ ਛਤਰੀ ਆਪਣੀ ਆ ਨਹੀਂ ਪਿੱਛੇ ਮੁੜ ਜਾ ਠੀਕ ਆ ਇੰਨੇ ਸਿਆਣੇ ਨੇ ਜੇ ਆਪਾਂ ਫੇਰ ਉੱਥੇ ਆ ਗਏ ਸੀ ਹਾਂ 5-7 ਬਾਜੀ ਜਿੱਤੀ ਜੀ 5-7 ਮਿੰਟ ਇਹ ਬਚੇ ਵੀ ਹੁੰਦੇ ਜਿਵੇਂ 10 ਮਿੰਟ ਬਹਿ ਕੇ ਛਤਰੀ ਤੇ ਉੱਡ ਗਏ ਜਾ ਸਾਰੀ ਦਿਹਾੜੀ ਫੜ ਲੈਣ ਜਾਂ 2 ਦਿਨ ਫੜ ਲੈਣ ਜਾਂ 3 ਦਿਨ ਫੜ ਲੈਣ ਆਉਣਗੇ ਤੇਰੇ ਕੋਲੇ ਠੀਕ ਹੈ ਆਈ ਨਹੀਂ ਹੈਗਾ ਕਿ ਜਾ ਕੇ ਬਹਿ ਜਾਣਗੇ ਆਪਣੇ ਕੋਲੇ ਵੀ ਬਾਈ ਕੋਲੇ ਤਾਂ ਹੈਗਾ ਬਾਈ ਨੂੰ ਲੈ ਕੇ ਗਿਆ ਸੀ ਪੱਟੀ ਇੱਕ ਹਾਂ ਬਾਈ ਨੂੰ ਦਿੱਤੀ ਸੀ ਮੈਂ ਉਹ ਵੀ ਆਪਣੇ 2-3 ਬਾਜੀਆਂ ਉੱਡੀ ਰੂਮੀ ਬਾਲੀ ਜਾਦੇ ਨਜਾਇਜ਼ ਜਿੰਗ ਦਾ ਕਬੂਤਰ ਇੱਥੇ ਉੱਡੀ ਦੋਂਦਾ ਸਾਹਮਣੇ ਬਾਲੀ ਬੈਠ ਨਾਲ ਉੱਡਦੀ ਸੀ ਠੀਕ ਆ ਨਾਲੇ ਉਹ ਪਿੰਡ ਬਿਲਕੁਲ ਸੁਖਾ ਜਿਹਾ ਹਨ ਘਰੇ ਘੱਟ ਉੱਡਦੇ ਹੈ ਬਸ ਬਾਜੀ ਜਿੱਤ ਕੇ ਟਾਵਰ ਤੇ ਬਹਿ ਗਈ ਇਹਨਾਂ ਨੂੰ ਆਦਤ ਆ ਜਦੋਂ ਕੱਲੇ ਰਹਿ ਜਾਂਦੇ ਆ ਇਹ ਸਾਲੇ ਦਿਲ ਦੇ ਪਤਾ ਨਹੀਂ ਤਾਂ ਪਤਲੇ ਆ ਪਤਾ ਨਹੀਂ ਕੀ ਆ ਅਸਾਂ ਬੈਠ ਪਾ ਕੇ ਇਹਨਾਂ ਨੂੰ ਕੱਲੇ ਜਦੋਂ ਰਹਿ ਗਏ ਨਾ ਦਹਿਲ ਜਾਂਦੇ ਆ ਇਹਨਾਂ ਨੂੰ ਐ ਹੁੰਦਾ ਪਤਾ ਨਹੀਂ ਕੀ ਆ ਕੀ ਨਹੀਂ ਇਹ ਨਹੀਂ ਜੇ ਕਬੂਤਰ ਇਹਦੇ ਨਾਲ ਫਸ ਕੇ ਉੜਦਾ ਫਿਰ ਤਾਂ ਮੌਤ ਨੂੰ ਗੱਠਾਂ ਦੇ ਲੈਂਦੇ ਨੇ ਕਿ ਅੱਜ ਮੌਤ ਆ ਸਾਡੀ ਓਕੇ ਓਕੇ ਜਿਵੇਂ ਬਾਲੇ ਕਬੂਤਰਾਂ ਦਾ ਕੰਫੀਡੈਂਸ ਬੜਾ ਤਗੜਾ ਕਰਦੇ ਨੇ ਠੀਕ ਹੈ ਠੀਕ ਹੈ ਉੱਡਣਾ ਹੀ ਉੱਡਣਾ ਜਰਾ ਸੀ ਬਰਾਬਰ ਉੱਡਣਾ ਇੱਕ ਜਿਹੜੇ ਮੰਨ ਲਓ ਜਦੋਂ ਹੁਣ ਤੁਸੀਂ ਬਾਜੀ ਲਈ ਕਬੂਤਰ ਕੱਢਣਾ ਸੁੱਕਾ ਫਿਰ ਕਿੰਨੇ ਕੁ ਦਿਨ ਪਹਿਲਾਂ ਕੱਢਣ ਲੱਗ ਜਾਂਦੇ ਹੋ ਆਪਾਂ ਤਾਂ ਜੀ ਜੇ ਤਾਂ ਕਬੂਤਰ ਕੱਢਦੇ ਆ ਉਹ ਜਿਹੜਾ ਤਾਂ ਕਬੂਤਰ ਸਿੱਧਾ ਆਉਂਦਾ ਵਾ ਜਿਵੇਂ 5-4 ਦਿਨ 1-2 ਦਿਨ ਪਰੇ ਬਹਿ ਗਿਆ ਉਹਦਾ 10 ਕੁ ਦਿਨ ਹੀ ਡਾਉਨੇ ਆ ਜਿਹੜਾ ਕਬੂਤਰ ਜਿਵੇਂ ਸਾਈਡਾਂ ਤੇ ਬੈਠੀ ਜਾਵੇ ਉਹ ਫਿਰ 5-4 ਦਿਨ ਵੱਧ ਵੀ ਲੈ ਜਾਂਦਾ ਕਈ ਵਾਰੀ 2-3 ਦਿਨ ਤਾਂ ਬਹਿ ਕੇ ਆ ਕੇ ਤਾਰਾਂ ਤੂਰਾਂ ਤੇ ਜਾਂ ਕਿਤੇ ਵੀ ਕੋਟੀ ਤੇ ਬਹਿ ਉਹ ਤੁਹਾਨੂੰ ਪਤਾ ਟੱਚ ਵਾਲੇ ਦਾ ਦਿਨ ਗਿਣੇ ਨਹੀਂ ਜਾਣੇ ਜੀ ਠੀਕ ਆ ਕਿਉਂਕਿ ਜਿਹੜਾ ਟੱਚ ਮਾਰਦਾ ਜਿੱਦੇ ਘਰੇ ਆਉਣ ਲੱਗ ਗਿਆ ਉਹਦੇ 5-4 ਦਾ 10 ਦਿਨ ਡਾ ਕੇ ਵਧੀਆ ਜਿਵੇਂ ਵਧੀਆ ਡਾ ਕਰ ਦਿੰਦੇ ਜਿੱਦੇ ਡਾਰ ਵਧੀਆ ਦਿਖਾਉਣ ਲੱਗ ਗਿਆ ਆਪਾਂ ਉਹਨੂੰ ਦੇਖਦੇ ਆ ਕਿ ਹਾਂ ਹੁਣ ਸੈਟਿੰਗ ਜੇ ਕਰਦਾ ਜਾਂਦਾ ਵਾ ਬਾਅਦ ਜਿਵੇਂ ਵੱਧ ਗਿਆ 2-2.5 ਤਾਈਂ 3 ਤਾਈਂ ਕਬੂਤਰ ਆਪ ਹੀ ਦੱਸਣ ਲੱਗ ਜਾਂਦਾ ਜੀ
खत्म कर बंदे दस दिंदा की मैं आपकी एनर्जी इनी मैं खत्म कर एक दिन मेनू कुछ नहीं होने लगे ठीक है एक दिन मेनू कुछ नहीं होने लगे पांच चार दिन बाहर रहा जितूगा क्योंकि जी अंदरली एनर्जी होंगी ना बंदा खत्म करके आया होंगे ऐ होंगे कि जे आप हम फुल महीना प्रैक्टिस करावे या डावे एनर्जी बन जू आप पता लगन लग जाता कि चार पांच दिन बाहर रहा सी एक दिन कोई फर्क नहीं फर्क नहीं एक दिन इन्हें उडना ही उडना टावर से तो बह जाते जो नस्लों कबूतर बाहर बाहर इथे जी वड्डी गल की है जी इथे एक कबूतर सीगा साडे घरे बाजी सीगी कबूतर बाजी इथे कि जवाकों ने कढ़ता कबूतर इथे दस बीह मिनट उड्या उड के असी छतरी ते बह के लै गए बुरजारी सिंह बाजी जतली नसल जानी उस साल कबूतर मीह आ गया मीह च गुम गए कबूतर चिट्टिया अखां दा लाल जिन्ना कबूतर सी बाई नूं इक बाई दे कबूतरां दा सी बाई दे बाई ने सानूं इक कबूतर दित्ता सी मेनू पता है के लाल जिन्ने कबूतर का कहना हुंदा सी भाई कि अपने लाल जिन्ने कबूतर इहदे वो कबूतर पता नहीं केड़े सी अपन तां पता नहीं कबूतर बाले चंगे आ जाने की उन्हां दा दित्ता सी मैं लिया के उम्मी मैं कहा यार भाई ने दित्ता बाला प्यार नाल दित्ता मैं कहा यार इहनूं आए ला लीए पंडूरी जीती सी दूजी बाजी उत्थे बुरजारी सिंह ठीक है हां ते पानी फिर किन्ना ए घरे लाउने ते पहला पानी तां मन के चलो जी 15 ml कीती है ml दी अद्धी ठीक है ਉਥੋਂ ਸ਼ੁਰੂ ਕਰ ਦਿਓ ਹਾਂ ਠੀਕ ਮੈਂ ਤੈਨੂੰ ਕਹੀ ਜਾਵਾਂ ਜੀ ਮੈਂ 10 ml ਮੈਂ 15 ml ਦੇ ਕੇ ਛੱਡ ਦੇਣਾ ਦੇਖਦੇ ਆ ਕਿਵੇਂ ਕੀ ਜਿਵੇਂ ਵੀ ਹੁੰਦਾ ਇਹਨਾਂ ਕਬੂਤਰ ਦਾ ਅਲਰਜੀ ਜਿਹੜਾ ਕਬੂਤਰ ਬਾਲਾ ਚੰਗਾ ਹੁੰਦਾ ਕਈ ਵਾਰੀ ਪਾਣੀ ਲੈ ਕੇ ਤਾਂ ਉਹ ਖੁਸ਼ ਹੋ ਕੇ ਉੜਦਾ ਕਈ ਵਾਰੀ ਪਾਣੀ ਰੱਖ ਕੇ ਹੀ ਬਹਿ ਜਾਂਦਾ ਜੀ ਠੀਕ ਆ ਵੱਡੀ ਗੱਲ ਵੀ ਹੈ ਵੀ ਕਈ ਵਾਰੀ ਕਬੂਤਰ ਜਿਹੜਾ ਨਵੇਂ ਨੂੰ ਦੇ ਦਿੰਦੇ ਨਾ ਪਾਣੀ ਦੋ ਤਰ੍ਹਾਂ ਦੇ ਹੁੰਦੇ ਆ ਕਬੂਤਰਾਂ ਦਾ ਕਈ ਵਾਰੀ ਕਬੂਤਰ ਦੇਖ ਲਿਓ ਜੀ ਕਈ ਵਾਰੀ ਕਬੂਤਰ ਜਿਹੜਾ ਘੱਟ ਉੱਡੂ ਕਈ ਵਾਰੀ ਪਾਣੀ ਲੈ ਕੇ ਹੀ ਬਹਿ ਜਾਂਦਾ दूजे पानी भजन दे चांस हो जाते कि दूजे पानी इन फुल देता ए नहीं पता खुश होया हो चलिया जाए अपने जाते ने ता पता आप गल लाने तीन चार कबूतर बाजी ते हो जिवें 15 दिन डालिया रेस्ट वध करा लईदी आ जिवें कबूतर बाला जावे कई वारी कोई किवें आउंदा उड के कई किवें आउंदा आपां घटा लईदा ते मड़प्पां वाली गोली फिर बाजी छड्डण तों किन्ने दिन पहलां लाउंदे हो तुसीं जिहड़ी मड़प्पां वाली गोली आ जी इह आपां ला दिंदे आ मन के चलो जिम्मे अज कबूतर कढ़ना वा आपां 5 जां 6 दिन दे विच दा गैप रखदे अच्छा जिहड़े सुक्के डाइयां कराउणगा उदों पहलां ही हां हां कढ़न तों पहलां ही जिम्मे आपां बैठे आ कबूतर जिम्मे हुण तैयार आ 20 दिनां नूं 10 दिनां नूं जिहड़ा कबूतरां नूं कढ़णे आ अजे कन्नियां चढ़दियां ने 20 दिनां 10 दिन लै जाणगे 10 दिनां नूं आपां दवाई दे के 10-15 दिन उहनां नूं होर वी 10 दिन वी लंघा देईदे आपां ठीक आ क्योंकि बारी सुद्धे कढ़ी जाईदे आ छाले छूले कई बार नवे दूध उठ के दे दें गोली 5-4 दिन 2 दिन रेस्ट नहीं कराते तीजे दिन कबूतर कढ़ दें अपने
ਉੱਡਣ ਲੱਗ ਗਏ ਪੰਜ ਪੰਜ ਤਾਂ ਉਦੋਂ ਦੋ ਦੋ ਤਿੰਨ ਤਿੰਨ ਗਲੀ ਦੇ ਹੋ ਗਏ ਜਦੋਂ ਦੋ ਗਲੀ ਦਾ ਬੰਦ ਕਰਨੇ ਆ ਜਦੋਂ ਬੰਦ ਕਰਨੇ ਉਦੋਂ ਦੇ ਦੀ ਆ ਜੇ ਵਿੱਚ ਜੇ ਫੇਰ ਸੱਕ ਲੱਗੇ ਕੋਈ ਗੱਲਬਾਤ ਆ ਜਿਵੇਂ ਬੱਚਿਆਂ ਨੂੰ ਜਾਂ ਵੱਡੇ ਕਬੂਤਰਾਂ ਨੂੰ ਫੇਰ ਦੇ ਦੇਣਾ ਦੋ ਕੁ ਵਾਰੀ ਮਹੀਨੇ ਚ ਜਿਵੇਂ ਮਹੀਨੇ ਦੇ ਵਿੱਚ ਸਾਲ ਦੇ ਵਿੱਚ ਤਿੰਨ ਵਾਰੀ ਦੇ ਦਿੰਦੇ ਆ ਸਾਲ ਚ ਤਿੰਨ ਵਾਰ ਲਾ ਤਿੰਨ ਵਾਰੀ ਦੇਣੀ ਹੋ ਦੇਣੀ ਦਵਾਈ ਤਾਂ ਠੀਕ ਆ ਉਹਦੇ ਨਾਲ ਫਿਰ ਕਿਉਂਕਿ ਦੋ ਵਾਰੀ ਤਾਂ ਬਾਜੀਆਂ ਬਾਜੀਆਂ ਚ ਲੱਗ ਜਾਣੀਆਂ ਇੱਕ ਵਾਰੀ ਜਦੋਂ ਆਪਾਂ ਜੋੜੇ ਲਾ ਲਏ ਬੱਚੇ ਬੁਚੇ ਕਢਾ ਲਏ ਬੱਚੇ ਕਢਾਉਣੇ ਵਿੱਚ ਦੀ ਪੈ ਜਾਂਦੀ ਆ ਨਾ ਠੀਕ ਆ ਠੀਕ ਉਹਦੇ ਜਦੋਂ ਕੋਈ ਸੱਕ ਹੁੰਦੀ ਆ ਦੇ ਦਿੰਦਾ ਉਹਨੂੰ ਮੈਂ ਪਾ ਓਕੇ ਓਕੇ ਫਿਰ ਖੇਡ ਤੁਸੀਂ ਆਲੂ ਬੁਖਾਰੇ ਵਾਲੀ ਜਾਂ ਪਾਣੀ ਵਾਲੀ ਜਾਂ ਦੋਨੇ ਹੀ ਵਰਤਦੇ ਹੋ ਆਪਾਂ ਦੋਨੇ ਵੀ ਵਰਤ ਲੈਂਦੇ ਆ ਜਦੋਂ ਬਾਹਲੀ ਜ਼ਿਆਦਾ ਗਰਮੀ ਹੋਵੇ ਆਪਾਂ 90% ਤਾਂ ਜੀ ਫਿਰ ਪਾਣੀ ਤੇ ਚਲਾਉਂਦਾ ਮੈਂ ਆਲੂ ਬੁਖਾਰਾ ਬਹੁਤ ਫਿਰ ਉਦੋਂ ਘੱਟ ਕਰ ਦਿੰਦਾ ਠੀਕ ਆ ਠੀਕ ਆ ਟੈਂਪਰੇਚਰ ਦੇ ਹਿਸਾਬ ਨਾਲ ਕਰ ਦਿੰਦੇ ਹੋ ਯਾਨੀ ਕਿ ਆਲੂ ਬੁਖਾਰਾ ਲਾਉਣਾ ਯਾਨੀ ਕਿ ਆ ਵਿਸਾਖ ਬਸਾਹ 2-1.5 ਮਹੀਨੇ ਹੀ ਲਾਉਣਾ ਜਦੋਂ ਜਾਂ ਬਾਲੀ ਜਾ ਦੇ ਲੋ ਚੱਲ ਪਈ ਉਦੋਂ ਨਹੀਂ ਲਾਉਣਾ ਫਿਰ ਉਹ ਆਪਦਾ ਜਿਹੜਾ ਪਾਣੀ ਆ ਉਹ ਪਾਣੀ ਵੀ ਲਾਉਣਾ ਠੀਕ ਆ ਠੀਕ ਆ ਠੀਕ ਆ ਤੇ ਸਿਆਲ ਚ ਫਿਰ ਕਿਹੜੀ ਖਰਾਕ ਪਾਉਂਦੇ ਸਿਆਲ ਤੇ ਜੀ ਕਣਕ ਸਰੋਂ ਜਿੰਨੇ ਕੁ ਯੋਗ ਹੈਗੇ ਆ ਜਿਵੇਂ ਕਣਕ ਪਾਤੇ ਛੋਲੇ ਪਾਤੇ ਜਿੰਨਾ ਵੀ ਹੋ ਜੇ ਆਪਣੇ ਤੋਂ ਵੱਧ ਤੋਂ ਵੱਧ ਹੀ ਕਰੀਦਾ ਐਵੇਂ ਤੈਨੂੰ ਕਹਿ ਦਈਏ ਠੀਕ ਆ ਉਹ ਆਪਾਂ ਖੁੱਡਿਆਂ 'ਚ ਤਾੜਿਆ ਕਬੂਤਰਾਂ ਨੂੰ ਦਾਣੇ ਪਾ ਕੇ ਪਰੇ ਹੋ ਗਏ ਦਬਾ ਉਹ ਹੋਇਆ ਉਹ ਗੱਲ ਨਹੀਂ ਹੈਗੀ ਆਪਣੇ ਕੋਲੇ ਯਾਨੀ ਕਿ ਇਹਨਾਂ ਨੂੰ ਟਾਈਮ ਵੱਧ ਤੋਂ ਵੱਧ ਦੇਈਦਾ ਕਿ ਜਿਹੜਾ ਕੋਈ ਨਹੀਂ ਇਹ ਵੀ ਆਪਣੇ ਇਨਸਾਨ ਵਾਂਗੂ ਹੀ ਆ ਜੋ ਆ ਗਈ ਇੱਕ ਕਿਸਮ ਦੇ ਜਵਾਕਾਂ ਫੁੱਲ ਟਾਈਮ ਹੀ ਇਹਨਾਂ ਨੂੰ ਫਿਰ ਤੁਸੀਂ ਨਾਲ ਹੋਰ ਕੰਮ ਵੀ ਕਰਦੇ ਹੋ ਹਾਂ ਹੋਰ ਕੰਮ ਜੀ ਪਲੰਬਰ ਦਾ ਕਰਦਾ ਮੈਂ ਅੱਛਾ ਨਾਲ ਪਲੰਬਰ ਦਾ ਵੀ ਕਰਦੇ ਹਾਂ ਠੀਕ ਹੈ ਠੀਕ ਉਹ ਕੋਠੀਆਂ ਕਾਠੀਆਂ ਦਾ ਜਿਵੇਂ ਵੀ ਠੇਕੇ ਠੂਕੇ ਮਿਲ ਜਾਂਦੇ ਉਵੇਂ ਕਰੀ ਜਾਂਦੇ ਪਹਿਲਾਂ ਪੱਲੇਦਾਰੀ ਕਰਦਾ ਸੀਗਾ ਹੁਣ ਜਿਹੜੀ ਉਹਗੇ ਦੋ ਸੱਟ ਜਿਹੜਾ ਤੁਹਾਡਾ ਨਾਮ ਮੱਦੀ ਆ ਇਹ ਕਬੂਤਰਬਾਜੀ ਚ ਪਿਆ ਜਾਂ ਘਰਦਿਆਂ ਦਾ ਰੱਖਿਆ ਹੋਇਆ ਮਾਂ ਪਿਓ ਦਾ ਪਹਿਲੇ ਘਰਦਿਆਂ ਦਾ ਇੱਥੇ ਚਾਚਾ ਸੀਗਾ ਜੀ ਮੇਰਾ ਅੱਛਾ ਜੀ ਤਾਏ ਚਾਚੇ ਸਾਡਾ ਚਾਚਾ ਸੀ ਉਹ ਮਰ ਗਿਆ ਸੀਗਾ ਛੋਟਾ ਹੁੰਦੇ ਤੇ ਜਦੋਂ ਨਿਕਾ ਜਾ ਸੀ ਮੈਂ ਅੱਛਾ ਮੈਂ ਰੁੜਦਾ ਸੀਗਾ ਮੇਰੀ ਦਾਦੀ ਨੇ ਚੱਕੇ ਨਾ ਮੱਦੀ ਕਹਿੰਦੇ ਉਹ ਮੱਦੀ ਚੰਦਕਾ ਮੱਦੀ ਮਰ ਗਿਆ ਅੱਜ ਇਹਦਾ ਨਾਮ ਮੱਦੀ ਰੱਖ ਦੋ ਠੀਕ ਆ ਠੀਕ ਆ ਸੋ ਉਹਨਾਂ ਨੇ ਰੱਖਿਆ ਸੀ ਮੱਦੀ ਹਾਂਜੀ ਠੀਕ ਆ ਸਿੱਧਾ ਨਾਮ ਵੈਸੇ ਕੀ ਆ ਤੁਹਾਡਾ ਮੇਰਾ ਨਾਮ ਮਨੀ ਸਿੰਘ ਹੈ ਜੀ ਮਨੀ ਸਿੰਘ ਠੀਕ ਆ ਜੀ ਠੀਕ ਆ ਤੇ ਨਾਲ ਜਿਵੇਂ ਹੁਣ ਗਰਮੀ ਦੇ ਵਿੱਚ ਆਪਾਂ ਜਦੋਂ ਬਦਾਮ ਪਾਉਣੇ ਆ ਉਹਨਾਂ ਦੇ ਨਾਲ ਕਿਹੜੇ ਦਾਣੇ ਪਾਉਣੇ ਚਾਹੀਦੇ ਆ ਕਣਕ ਜੀ ਕਣਕ ਜਿਵੇਂ ਕਣਕ ਆਪਾਂ ਚੰਗੀ ਤਰ੍ਹਾਂ ਧੋ ਲਓ ਅੱਜ ਕੱਲ ਤੁਹਾਨੂੰ ਪਤਾ ਹੀ ਆ ਜੀ ਰੇਹਾਂ ਸਪਰੇਆਂ ਵਾਲੀਆਂ ਬਾਹਲੀ ਜ਼ਿਆਦਾ ਨਜਾਇਜ਼ ਆ ਜਾਇਜ਼ ਨਹੀਂ ਬੰਦੇ ਵਾਲਾ ਕੰਮ ਹੀ ਆ ਜੀ ਹੁਣ ਮੰਨ ਕੇ ਚੱਲੋ ਆਪਾਂ ਨੂੰ ਦੋ ਰੋਟੀਆਂ ਵੱਧ ਖਾ ਲੈਂਦੇ ਆ ਤੇਜ਼ਾਬ ਵਾਲਾ ਕੈਪਸੂਲ ਲੈਣਾ ਹੀ ਪੈਂਦਾ ਹਾਂ ਉਹ ਰੇਹਾਂ ਸਪਰੇਆਂ ਕਰਨਾ ਉਹ ਰੇਹਾਂ ਕਰਕੇ ਆ ਜੀ ਉਹ ਦਾਣੇ 5-7 ਮਿੰਟ ਜੇ ਤੁਸੀਂ ਅੱਧਾ ਘੰਟਾ ਭਿਓ ਲਓਗੇ ਭਿਓ ਕੇ ਉਹਨਾਂ ਨੂੰ ਜਾਨੀ ਦੀ ਵਧੀਆ ਠੰਡੇ ਥਾਵੇਂ ਰੱਖ ਕੇ ਠੀਕ ਆ ਉਹਨਾਂ ਨੂੰ ਸੁਕਾ ਲਓ ਸੁਕਾ ਕੇ ਮਾੜਾ ਮੋਟਾ ਜੇ ਰਹਿ ਵੀ ਜਾਵੇ ਜਾਨੀ ਦੀ ਉਦੋਂ ਹੀ ਭਿਓ ਲਓ ਬੜਾ ਲੰਬਾ ਟਾਈਮ ਨਾ ਰੱਖੋ ਜਿਵੇਂ ਆਪਾਂ ਅੱਧੇ ਘੰਟੇ ਨੂੰ ਆਪਾਂ ਦਾਣੇ ਪਾਉਣਾ ਆਪਣਾ ਟਾਈਮ ਹੁੰਦਾ 1 ਵਜੇ ਦਾ ਹੁੰਦਾ ਉਦੋਂ 12 ਵਜੇ ਭਿਓ ਲਓ 12 ਵਜੇ ਭਿਓ ਕੇ ਘੰਟੇ ਬਾਅਦ ਨਾਲ ਉਹ ਸ਼ੁਰੂ ਕਰ ਦਿੰਦੇ ਹਾਂ ਬਸ ਜਿੰਨੇ ਕੇ ਪਹਿਲਾਂ ਬਦਾਮ ਖਾ ਲੈਂਦੇ ਆ ਮੁੜ ਕੇ ਜਿੰਨੇ ਕੇ ਦਾਣੇ ਚੁੱਕ ਬਦਾਮ ਵੀ ਫਿਰ ਰਾਜਮੇ ਪਾਉਣੇ ਚਾਹੀਦੇ ਆ ਜਾਂ ਪਹਿਲਾਂ ਮੈਂ ਤਾਂ ਜੀ ਐਵੇਂ ਤੁਹਾਨੂੰ ਕਹਦੀ ਮੈਂ ਨਹੀਂ ਕਿਤੇ ਉਹਨਾਂ ਤੋਂ ਮੈਂ ਪੁੱਛ ਕੇ ਨਹੀਂ ਕਿਤੇ ਮੈਂ ਕਿ ਉਹਨੇ ਮਿਣਕੇ ਭਿਓ ਦਿੰਦਾ ਉਹਨੇ ਜਿਹੜੇ ਨਿਕਾਲੇ ਜਿੰਨੇ ਕਾਲੇ ਠੀਕ ਆ ਇਕੱਠਿਆਂ ਨੂੰ ਹੀ ਪਾਉਂਦੇ ਆ ਸਾਰਿਆਂ ਨੂੰ ਹਾਂ ਮੈਂ ਨਹੀਂ ਕਿਤੇ ਮੈਂ ਨਾ ਅੱਜ ਤਾਂ ਹੀ ਗਿਣੀ ਆ ਕਿ 1 ਪਾਲਾਂ 2 ਪਾਲਾਂ ਮੇਰਾ ਅੰਦਾਜ਼ਾ ਹੁੰਦਾ ਜਿਵੇਂ ਹੁਣ ਕਬੂਤਰ ਆ ਮੇਰੇ ਕੋਲੇ ਹੋਣਗੇ 40 ਕਬੂਤਰ ਹੋਣਗੇ ਪੂਰੇ ਜਿਹੜੇ ਟੌਪ ਤੇ ਆ ਛੱਡਣ ਨਾਲ ਜੇ 40 ਨੂੰ ਸਟਾਰਟ ਕਰਨਾ ਉਹ ਹਿਸਾਬ ਨਾਲ ਦੇਖ ਲੈਣਾ ਕਿ ਪਾਈਆ ਗਿਰੀਆਂ 1 ਦਿਨ ਦੀਆਂ ਲੱਗਦੀਆਂ 1/2 ਕਿਲੋ ਲੱਗਦੀਆਂ 100 ਗ੍ਰਾਮ ਲੱਗਦੀਆਂ ਉਨੀਆਂ ਭਿਉਣ ਜਿਹੜਾ ਗਿਣਦਾ ਇਹ ਗਿਣੀ ਨਹੀਂ ਕਿਤੇ ਆਈ ਚੱਕ ਕੇ ਲੱਪ ਭਰ ਕੇ ਬੁੜੀਆਂ ਨੂੰ ਇੱਕ ਕੌਲੀ ਬਣ ਕੇ ਦੇ ਦਿੰਦੇ ਆ ਕਈ ਵਾਰੀ ਘਰੋਂ ਭਿਉਂ ਦਿੰਦੀ ਆ ਕਈ ਵਾਰੀ ਮੈਂ ਭਿਉਂ ਦਿੰਦਾ ਜਾਣੀ ਦੀ 90% ਤਾਂ ਮੈਂ ਹੀ ਭਿਉਂਦਾ ਕਈ ਵਾਰੀ ਆਪ ਥੱਕਿਆ ਤੁੱਕਿਆ ਉਹਨਾਂ ਕੰਮ ਤੋਂ ਘਰੇ ਦੂਰ ਨੇੜੇ ਗਿਆ ਹੋਇਆ ਕਣਕ ਫਿਰ ਰਾਤ ਨੂੰ ਨਾਲ ਹੀ ਕਣਕ ਪਾਉਂਦੇ ਨਹੀਂ 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 ਕਣਕ ਜਿਵੇਂ 12 ਵਜੇ ਅੱਜ ਹੁਣ ਦਿਨੇ ਅੱਜ ਪਾਉਣੇ ਆਪਾਂ ਤਾਂ ਘੰਟੇ ਤੇ ਪਾਉਣਾ ਕੰਮ ਆ ਦਾਣੇ ਪਾਉਣੇ ਆ ਫਿਰ ਉਦੋਂ ਬਦਾਮ ਕੱਢਦੇ ਕੱਢਦੀ ਪਿਉਂਦੇ ਅੱਛਾ ਘੰਟਾ ਕ ਪਹਿਲਾਂ ਪਿਉਂਦੇ ਨੇ ਪਿਉਂ ਦਿੰਦਾ ਉਹਦੇ ਆਪਾਂ ਜਾਣੀ ਦੀ ਜਿਹੜਾ ਹੁੰਦਾ 2-3 ਪਾਣੀ ਕੱਢ ਕੇ ਸਮਾਰ ਕੇ ਮਾੜਾ ਜਿਹਾ ਕਰ ਦਈਦਾ ਹਵਾ ਜੀ ਲਵਾ ਦਈਦੀ ਠੀਕ ਆ ਮੂਰੇ ਜਦ ਨੂੰ ਬਦਾਮ ਬਦੂਮ ਖਾਂਦੇ ਹਵਾ ਫਿਰ ਜਾਂਦੀ ਆ ਧੁੱਪ ਬਹੁਤ ਜ਼ਿਆਦਾ ਹੁੰਦੀ ਆ ਨਾ ਠੀਕ ਆ ਤੇ ਇੱਕ ਜਿਹੜੀਆਂ ਮੰਨ ਲਓ ਜਦੋਂ ਉਦੋਂ ਕੱਢਦੇ ਆ ਸੁੱਕੀਆਂ ਡਾਈਆਂ ਜਾਂ ਹੋਰ ਆ ਬਿੱਠਾਂ ਬਹੁਤ ਹਰੀਆਂ ਮਾਰ ਲੱਗ ਜਾਂਦੇ ਜਾਂ ਉਹਦਾ ਕੀ ਕਾਰਨ ਹੋ ਜਾਂਦਾ ਹਰੀਆਂ 2-3 ਤਰ੍ਹਾਂ ਦੀਆਂ ਹੁੰਦੀਆਂ ਜੀ ਇੱਕ ਤਾਂ ਕਬੂਤਰ ਜਿਵੇਂ ਕਬੂਤਰਾਂ ਦੇ ਵਿੱਚ ਮੜਪ ਮੜੁੱਪ ਵੀ ਹੋਣ ਇਹ ਵੀ ਮਰੀ ਜਾਂਦੇ ਆ ਜੀ ਅੱਛਾ ਫਿਰ ਵੀ ਹਰੀਆਂ ਬਿੱਠਾਂ ਮਾਰਦੇ ਮੜਪਾਂ ਮਾਰਨਗੇ ਮਾਰਨਗੇ ਉਹ ਕਹਿ ਕੇ ਇੱਕ ਤਾਂ ਇਕੱਠੇ ਹੋ ਕੇ ਬਹਿੰਦੇ ਆ ਜਾਂਦੇ ਇੱਕ ਇਹ ਮੜਪਾਂ ਵਾਲੀ ਜ਼ਰੂਰੀ ਮਾਰਦੇ ਆ ਠੀਕ ਆ ਤੇ 90% ਜੇ ਤੁਸੀਂ ਆਪਦੇ ਕਬੂਤਰ ਦਾ ਜਾਣੀ ਦੀ ਧਿਆਨ ਨਹੀਂ ਰੱਖੋਗੇ ਕੁਛ ਨਹੀਂ ਮਾਰਦੇ ਜੀ ਐਵੇਂ ਵਹਿਮ ਆ ਬੰਦੇ ਵਾਲਾ ਕੰਮ ਹੀ ਆ ਜੇ ਬੰਦੇ ਨੂੰ ਹੁਣ ਇੱਕ ਥਾਵੇਂ ਬੈਠਾ ਜਿੱਥੇ ਮਰਜ਼ੀ ਬੈਠਾ ਨਾ ਪਾਣੀ ਨਾ ਧਾਣੀ ਉਹ ਤਾਂ ਉਹੀ ਹੱਲ ਰਹਿਣਾ ਜੀ ਠੀਕ ਆ ਜੇ ਆਪਾਂ ਇਹਨਾਂ ਦੇ ਵਿੱਚ ਰਹਾਂਗੇ ਜੇ 2-3 ਘੰਟੇ 2 ਘੰਟੇ ਜਾਣੀ ਦੀ ਕੰਮ ਵੀ ਕਰੋ ਆਪਾਂ ਕਹਿੰਦੇ ਆ ਸਾਰਾ ਕੁਝ ਕਰੋ ਜਾਣੀ ਦੀ 2 ਘੰਟਾ ਇਹਨਾਂ ਨੂੰ ਦੇਵਾਂਗੇ ਬੰਦਾ ਉਹਦੇ ਨਾਲ ਜੇ ਕੋਈ ਗੱਲਬਾਤ ਵੀ ਹੁੰਦੀ ਹੈ ਪਤਾ ਲੱਗ ਜਾਂਦਾ ਤੁਹਾਨੂੰ ਤਾਂ ਬੈਠੇ ਨੂੰ ਪਤਾ ਲੱਗ ਜੂ ਕਿ ਜਾਨਵਰ ਆਪਣਾ ਲਾਨਾ ਜਰਾ ਜਦੋਂ ਫਿਰ ਬਾਜੀਆਂ ਛੱਡਣ ਲੱਗ ਜਾਂਦੇ ਉਦੋਂ ਫਿਰ ਫੁੱਲ ਟਾਈਮ ਦੇਣ ਲੱਗ ਜਾਂਦੇ ਪਲੰਬਰ ਦਾ ਕੰਮ ਹਾਂ ਜੀ ਉਦੋਂ ਮੈਂ ਕਰ ਲੈਂਦਾ
बाजी देखी दी बाजी देखी दी जिमे फलानी बाजी है दो कढ लेने कई बार एक कबूतर का डिस्कशन नहीं हों कई बार कोई किए हो जाता कोई किए हो जाता दो कट लेने जिम्मे जिन्हें दोनों च वधिया लगता वो छड़ गया ठीक है एक सुजदा का सुजन का की कारण है सुजदा का जी जिम्मे हम कबूतर का कोई आही है जी पानी पूनी जिम्मे सवेरे रात न पी गए सवेरे कई बार पांच बजे उठ के पानी पी पू जाते कबूतर साजरे उठते हैं ना कबूतर क्योंकि पानी बंदे वाला काम ही है ये उदो आप देखते नहीं कई बार पोटा पुटा खड़का के उमी छड़ दें छड के खुडिया चो कबूतर डाके बाद पानी दूजिया नू धर दो जिहड़िया नू आपां वारियां ते लैणा कच्चियां वारियां ते तौड़ियां बाहर कढ लो रात नू मैं 5-9 बजे रात नू कढ देणियां क्योंकि कच्चिया बारियां ते बाई नहीं दस्या सी आपां नू इहदा कोई हल सुजण दा कोई सुजण दा हल तां हैगा जी आए आ कि जिवें दो तीन चीजां ने रला के दे देवे बस फड़कड़ी हो गई ठीक है एक आह मख्याल हो गया अच्छा एक हल ना होण ठीक है ए पा के फिर धुप्पे धुप्पे पा के दो तीन घंटे पा दो इहनू जणी दी आए लगातार ना दो एक दिन ही देणा आपां दे के इहनू धुप्पे पा दो मैं बाजी छड्डी सीगी इहदे नाल जी मेरे वाले कबूतर सुजदे ही सीगी उह सुजी नहीं सी मुड़ के मेनू दसिया किसी ने कहना आए करके आए मैं जरा सुज जाते दो बारी पानी सुज जाती मैं फिर वह दी चीज जमा सट रहे कुछ नहीं हो मैं वहम करी जाना जिन्हें सुजना जी वो फिर कबूतर बंद बच्चा बुजा ला लो बड़ी गल कई बार कहना फिर कई बार दूजी बारी सुज जाता कबूतर तड़कू तो आंदा ही कई बार कोई बलेट ना कच मेनू एक ने कहता बलेट ना पच ला दे आप नहीं कहते आप नहीं कहते ना चलो बाजी होंगी ब्याह नालो वध उच्चा हुंदा बाजी ते चलांगे बस आए हुंदा पूरा वधिया जरा पूरे सियाने बंदे आउंदे ने जिहड़ा वधिया बंदा ओह तुहानूं मिलूगा तुहानूं 3 बजे तो बाद नंद मारन आल जल 10 मिनट स्वाद लैके सौक आ पुराने बंदे ने हुण मन के चलो इन्ने वधिया वधिया बंदे ने वधिया बंदियां नाल वरतो रखोगे तो बाला वधिया रहिंदा बंदा ठीक है ठीक हुण नवीं मढीर है जी नवीं मढीर हाथ हुत वाली जांदी हां रौला रप्पा नहीं फिर पिंड वाले भी अक जांदे पिंड वाले भी जिवें हुण बाजियां ने चलो मान लो बाजी तां करौणी करौणी है बंदा भी हुण तुहानूं पता सारिआं दे बुढ़ियां कुड़ियां ने सारिआं दी मन के चलो अपने घरां ते ला लो आपां आले दुआले कोई आए करांगे उह आके बुढ़ियां नूं कहण लग जांदा दूजिआं नूं नहीं कहिंदा हुंदा उह फिर बुढ़ियां आपां नूं गल करदी हुंदियां कि भाई उहनां दे आए कमेटी वाले बंदे ही थोड़े जे वध चाहीदे आ हुण जिवें कई कमेटी वाले बंदे आए आ जी जिहड़े 4 बंदे 10 बंदे आपणे जुड़दे आ वधिया जुड़ो ਆਏ ਜੈਲਸੀਆਂ ਜਾਂ ਨਾ ਕਰੋ ਉਹਦਾ ਐਂਟਰ ਕਰਾਤਾ ਮੈਂ ਦੂਜੇ ਦਾ ਨਾ ਕਰਾਇਆ ਮੈਂ ਉਹਦੀ ਮੇਰੀ ਬਣਦੀ ਨੀ ਜਿਹੜਾ ਜੇ ਬਣਦੀ ਨਹੀਂ ਤਾਂ ਆਪਾਂ ਇਕੱਠੇ ਨਾ ਹੋ ਉਹ ਰੌਲਾ ਰੱਪਾ ਫਿਰ ਉਹ ਭੈੜਾ ਲੱਗਦਾ ਬਾਅਦ ਦੂਜੇ ਬੰਦੇ ਜੇ ਬਣਦੀ ਨਹੀਂ ਤਾਂ ਆਪਾਂ ਇਕੱਠੇ ਹੀ ਨਾ ਹੋ ਹਾਂ ਫਿਰ ਇਕੱਠੇ ਨਾ ਹੋ ਵਧੀਆ ਗੱਲ ਹੈ ਨਾ ਆ ਹੁਣ ਨਾਮ ਬਹੁਤ ਰੱਖਤੇ ਟਰੈਕਟਰ ਮੋਟਰਸਾਈਕਲ ਸਕੂਟਰ ਉਹ ਤਾਂ ਜਰਾ ਤੇ ਨਵੇਂ ਗਰੀਬ ਬੰਦਿਆਂ ਦਾ ਨਾ ਸੌਂਕ ਜਿਹਾ ਮਰਦਾ ਐਂਟਰੀਆਂ ਬਾਰੇ ਕੀ ਵਿਚਾਰਾ ਤੁਹਾਡਾ ਇਹ ਆਪਣੇ ਆਏ ਆ ਜੀ ਇਹ ਕੌਡੀ ਵਾਲਿਆਂ ਵਾਂਗੂ ਆਪਣੀ ਖੇਡ ਆ ਜਿਹੜੀ ਬਹੁਤ ਵਧੀਆ ਤਾਹਾਂ ਨੂੰ ਜਾ ਰਹੀ ਹੈ ਥੱਲੇ ਨੂੰ ਨਹੀਂ ਅੱਗੇ ਵੀ ਕੌਡੀ ਦੇਖ ਲਓ ਕੱਖਾਂ ਦੀ ਹੁੰਦੀ ਹੁਣ ਲੱਖਾਂ ਦੀ ਪਹੁੰਚ ਗਈ ਹਾਂ ਇਹ ਕਬੂਤਰਬਾਜੀ ਵੀ ਦੇਖ ਲਓ ਕਿੱਥੇ 50-60 ਰੁਪਏ ਦਾ 100 ਰੁਪਏ ਦਾ ਮੁੱਢ ਹੁੰਦਾ ਸੀਗਾ ਮੈਂ ਪਹਿਲੀ ਵਾਰੀ ਉਹ 300 ਰੁਪਇਆ ਮੁੱਢ ਸੀਗਾ ਸੀ ਸਾਡੀ ਠੀਕ ਹੈ ਜਦੋਂ ਸਾਡੀ ਸੀ ਤੁਸੀਂ 2004 ਚ ਹਾਂ ਜੀ ਤੇ ਹੁਣ ਦੇਖ ਲਓ ਕਿੱਥੇ ਜਾ ਕੇ ਪਹੁੰਚ ਗਈ ਆਪਾਂ ਆਏ ਕਹਿੰਦੇ ਆ ਜਰਾ ਪਤਾ ਕੀ ਮੰਨ ਲਓ NRI ਭਰਾਵਾਂ ਦੀਆਂ ਬਦੌਲਤਾਂ ਹਾਂ ਇਹ ਬਾਹਰ ਮਿਹਨਤ ਕਰਦੇ ਉੱਥੇ ਉਹ ਵਧੀਆ ਜਰਾ ਵਧੀਆ ਬੰਦੇ ਨੇ ਜਿਹੜੇ ਬਾਜੀ ਕਰਾਉਂਦੇ ਨੇ ਆਪਾਂ ਕਹਿੰਦਾ ਟੌਪ ਦੇ ਬੰਦੇ ਰਹੋ ਜਾਏ 4 ਹੀ ਬੰਦੇ ਇਕੱਠੇ ਹੋ ਜੋ ਹਾਂ ਦੁੱਖ ਨਹੀਂ ਕਿਸੇ ਦਾ ਵੀ ਆਏ ਨਾ ਕਿਸੇ ਦਾ ਜੈਲਸੀ ਨਾਲ ਕਿਤੇ ਉਹਦਾ ਕਬੂਤਰ ਕੱਟਦਾ ਉਹਦਾ ਕੱਟਦਾ ਜਿਵੇਂ ਵੀ ਫਿਰਦਾ ਹੋਊਗਾ ਜਰਾ ਦੁਨੀਆ ਨੂੰ ਪਤਾ ਲੱਗ ਜਾਂਦਾ ਜਿਹਦਾ ਫਿਰਦਾ ਨਹੀਂ ਫਿਰਦਾ ਨਾ ਫਿਰੇ ਜਰਾ ਜਿਹੜਾ ਸਿਆਣਾ ਬੰਦਾ ਪਹਿਲਾ ਨੰਬਰ ਦਾ ਬਾਜੀ ਤੇ ਬੋਲਦਾ ਹੀ ਨਹੀਂ ਹਾਂ
ज्यादा बोलने वाला पता की गल है जेडे बोलते ने न्याणे बोलते ने बोलने का फायदा की है जी आप वधिया बोलो गल्लां तां है नहीं है हार नू हार मनो जरा हार दी आ जे सौ आप ए कह दिंदा कि आप अज हरा हरा दो जरा कि गल दुनिया ही हराउंदी है एक दूजे नू ग्रुपा च कहने ब्रेक थी आप कर लांगे जो करना हां वधिया गल्लां ने हुण तुसी आए देखो कि ये कबूतरबाजी आ लैवल च जा रही है पूरी टॉप दी जे आपां उत्थे लड़ाइयां पिंडां च करांगे उही पिंड वाले अपने दिन एक दिन वो खिलाफ हो जाणा हां हो जाणा जे ना होए तां कहदे वो जाके किथे खिलाफ हो गए उही अपने ते बैन हो जाणे हो जाणे ना बलदा वाला दा भी यही सीगा कुत्ते वाला दा भी यही सी उहदा चला लिया इन्हां ने छड़ जाणी दी कबूतरबाजी बहुत वधिया गल आ बुलाओ ए ना करो कि चार बंदे कठे हो हाथ हूथ करी जाने वधिया गल्लां नी आया कि जरा टॉप दे कबूतर रखो टॉप दे बंदे रखो वधिया गल्लां ने अज कल जैलसियां कहदियां ने कि आपां कि रह जाणा ਅੱਜ ਦੇਰ ਮਰ ਗਏ ਉਦੇ ਇੱਥੇ ਹੀ ਰਹਿ ਜਾਣਾ ਸਾਰਾ ਕੁਛ ਰਹਿ ਜਾਣਾ ਕਬੂਤਰ ਵੀ ਇੱਥੇ ਹੀ ਰਹਿ ਜਾਣੇ ਗੱਲਾਂ ਨੇ ਮੁੜ ਕੇ ਹਾ ਹਾ ਹੀ ਕਰ ਲਈਏ ਆਪਾਂ ਤਾਂ ਜਿਵੇਂ ਮਰਜ਼ੀ ਕਰੀਏ ਆਪਾਂ ਬਾਈ ਤੋਂ ਵੀ ਰਾਇ ਲੈਣੇ ਪੁੱਛਦੇ ਆ ਵੀ ਕਿੰਨੀਆਂ ਕੈਂਟਰੀਆਂ ਹੋਣੀਆਂ ਚਾਹੀਦੀਆਂ ਕੀ ਕੋਈ ਸੁਝਾਅ ਨਵੇਂ ਖਿਡਾਰੀਆਂ ਨੂੰ ਵੀ ਬਾਜ਼ੀਆਂ ਜਿਹੜੇ ਕਰਾਉਂਦੇ ਆ ਕਾਪੀ ਵਾਲਿਆਂ ਨੂੰ ਵੀ ਤੁਹਾਡਾ ਤਜਰਬਾ ਬਹੁਤ ਪੁਰਾਣੇ ਖਿਡਾਰੀ ਹੋ ਤੇ ਤੁਸੀਂ ਬਾਜ਼ੀਆਂ ਬਹੁਤ ਜਿੱਤੀਆਂ ਸਟਾਰ ਰਹੇ ਹੋ ਵਧੀਆ ਕੋਈ ਰਹਿ ਜਦੋਂ ਆਏ ਆ ਨਾ ਜੀ ਫਿਰ ਆਪਾਂ ਕੋਈ ਘੱਟ ਮੁੱਢ ਵਾਲੀ ਵੀ ਬਾਜ਼ੀ ਰੱਖਦੇ ਆ ਫਿਰ ਉਹ ਕਬੂਤਰ ਬਾਲੇ ਹੋ ਜਾਂਦੇ ਹੁਣ ਉਹਨਾਂ ਦੇ ਵੀ ਬਸ ਦਾ ਰੋਗ ਨਹੀਂ ਦੇਣਾ ਠੀਕ ਆ ਜੀ ਜਿਹੜਾ ਕਰਾਉਂਦਾ ਬੰਦਾ ਬਾਜੀ ਜਾਂ ਇਹ ਇਉਂ ਹੋ ਸਕਦਾ ਵੀ ਜਿਹੜੇ ਪਿੰਡਾਂ ਦੇ ਵਿੱਚ 10-10 ਪਿੰਡ ਕਲੱਬਾਂ ਬਣਾ ਕੇ ਕਰਾਈ ਜਾਂਦੇ ਉੱਥੇ ਥੋੜੀਆਂ ਜਿਹੀਆਂ ਘੱਟ ਵਾਲੀਆਂ ਕਈ ਕਲੱਬਾਂ 'ਚ ਦੇਖਿਆ ਮੈਂ ਹਾਂ ਜੀ ਕਰਾਈ ਜਾਂਦੇ ਉਹ ਆਪਦਾ ਸ਼ੌਂਕ ਬਣਾ ਪੂਰਾ ਕਰ ਲੈਂਦੇ ਹਾਂ ਜੀ ਤੇ ਕੋਈ ਹੋਰ ਨਵੇਂ ਖਿਡਾਰੀਆਂ ਲਈ ਜਾਂ ਕੋਈ ਸੁਝਾਅ ਤੁਸੀਂ ਵਧੀਆ ਕੋਈ ਬਸ ਵਧੀਆ ਆਪਦਾ ਸਾਰਿਆਂ ਨਾਲ ਰਲ ਮਿਲ ਕੇ ਰਹੋ ਇਹਦੇ ਹੋਰ ਆ ਜਿਹੜਾ ਲੜਨ ਦਾ ਜਾਂ ਹੋਰ ਜਹਿਲਸਬਾਜ਼ੀਆਂ ਦਾ ਕੀ ਫਾਇਦਾ ਹੈ ਕੰਮਾਂ ਦਾ ਹਾਂ ਬਈ ਜਿਹੜੇ ਆਪਾਂ WhatsApp ਤੇ ਕਮੈਂਟ ਮਾੜੇ ਕਰਦੇ ਆ ਹੋਰ ਉਹਦੇ ਨਾਲ ਦੁਸ਼ਮਣੀ ਵਧਦੀ ਆ ਹਨੇ ਵਿਰੋਧ ਨਾ ਕੱਢੋ ਹਾਂਜੀ ਆਪ ਤੋਂ ਵੱਡਿਆਂ ਦਾ ਆਦਰ ਕਰੋ ਜਿਹੜੇ ਵੱਡੇ ਉਹ ਆਈ ਆ ਜੀ ਆਪਣਾ ਹੀ ਘਟਾ ਹੋਣਾ ਠੀਕ ਹੈ ਜੀ ਬਾਜ਼ੀਆਂ ਦਾ ਆਇਆ ਨਹੀਂ ਹੁਣ ਵੱਡੇ ਵੱਡੇ ਨਾਮ ਆ ਫਿਰ ਉਹੋ ਜਿਹੇ ਵੀ ਵੱਧ ਕਬੂਤਰ ਹੋ ਜਾਂਦੇ ਆ 300-300 ਕਬੂਤਰ ਬੰਦਾ ਕਿਵੇਂ ਛਡਾਊਗਾ ਇੱਕ ਪਿੰਡ ਹਾਂ ਉਹਨੂੰ ਵੀ ਦਿੱਕਤ ਆਉਂਦੀ ਹੈ ਰੋਲਾ ਪੈ ਜੂ ਹਾਂ ਪਰਚੀਆਂ ਵਾਲਾ ਕੰਮ ਤੁਹਾਡੇ ਹਿਸਾਬ ਨਾਲ ਠੀਕ ਹੈ ਇਹ ਜਿਹੜੇ ਪਰਚੀਆਂ ਇਹ ਪਰਚੀਆਂ ਵਾਲਾ ਤਾਂ ਪੂਰਾ ਟੌਪ ਦਾ ਜੀ ਜਿੰਨੇ ਦੀ ਆ ਜਾਂਦੀ ਉਹਨੇ ਦੇ ਜਿੰਨੀਆਂ ਐਂਟਰੀਆਂ ਕਰ ਲਿਖਾਈਆਂ ਹੋਈਆਂ 60 ਜਾਂ 150 ਉਨੀਆਂ ਪਰਚੀਆਂ ਪਾ ਦਿੰਦੇ ਨੇ ਜਿਹਦੀਆਂ ਨਿਕਲਿਆ ਨਾ ਕਿਸੇ ਨੂੰ ਕੋਈ ਕਿੱਸਾ ਕੋਈ ਗਿੱਲਾ ਆਇਆ ਜਿਹੜੇ ਫੋਨ ਤੇ ਬਾਅਦ ਚੋਂ ਪਾ ਦਿੰਦੇ ਨੇ ਉਹ ਔਖਾ ਜਾ ਕਿ ਐਂਟਰੀਆਂ ਕਰਾ ਲਈਆਂ ਆਪਦੇ ਬੰਦਿਆਂ ਦੀਆਂ ਬਾਅਦ ਚ ਪੋਸਟਰ ਪਾ ਦੇਣਾ ਉਹ ਫਾਇਦਾ ਨਹੀਂ ਕਿ ਜਦੋਂ ਇੱਕ ਫੋਨ ਲਾਵਾ ਹੀ ਉਹ ਤਾਂ ਪੂਰੀਆਂ ਹੋ ਗਈਆਂ ਪਾਉਣ ਦਾ ਹੀ ਫਾਇਦਾ ਹੀ ਨਹੀਂ ਹਾਂ ਉਹ ਦਿੱਕਤ ਆ ਨਾ ਬਈ ਉਹ ਨਾ ਪਾਉ ਜਾਂਦਾ ਉਦੋਂ ਤਾਂ ਬਿਹਤਰ ਪਾਉ ਨਾ ਜਰਾ ਬਾ ਗੱਲ ਖਤਮ ਆ ਹਾਂ ਉਹ ਤਾਂ ਹੈ ਜਿਹੜੀ ਘੁੰਮਣ ਵਾਲੀ ਬਿਮਾਰੀ ਪੈਂਦੀ ਆ ਹੋਰ ਵੀ ਇਹਦਾ ਬੜਾ ਜ਼ਿਆਦਾ ਬਈ ਹਰੇਕ ਬੰਦਾ ਡਰਦਾ ਬਈ ਯਾਰ ਇਹ ਨਾ ਪਾਵੇ ਪਤਾ ਕੀ ਗੱਲ ਆ ਇਹ ਕੀ ਕਰਨਾ ਪੈਂਦਾ ਇਹ ਬੰਦੇ ਦੇ ਆਪਦੇ ਬਸ ਵਾਸੀ ਹੁੰਦਾ ਜੀ ਕਿਵੇਂ ਮੰਨ ਲਈ ਜਿਵੇਂ ਵੀ ਹੁਣ ਕੋਈ ਆਪਾਂ ਦਾਣਾ ਮਾੜਾ ਪਾਤਾ ਜਾਂ ਕੋਈ ਜਿਵੇਂ ਕਬੂਤਰਾਂ ਨੂੰ 5-7 ਦਾ ਦਾ ਲੈਣ ਦੇਣ ਜਦੋਂ ਆਪਾਂ ਕਰਦੇ ਨਾ ਬਾਲੇ ਨਾਲ ਉਦੋਂ ਪੈਂਦੀ ਆ ਬਾਈ ਉਦੋਂ ਵੀ ਅੱਛਾ ਜਦੋਂ ਦੂਜੇ ਦੇ ਦੂਜੇ ਖੁੱਟੇ ਚੋਂ ਹੋਵੇ ਲੈ ਕੇ ਆਉਣਾ ਜਾਂ ਤੋਂ ਲੈ ਕੇ ਆਉਣ ਨਾਲ ਹੀ ਪੈਂਦੀ ਹੈ ਕੋਈ ਵੀ ਚੀਜ਼ ਆ ਇਹਨਾਂ ਨੂੰ ਤਾਂ ਇੱਕ ਨੂੰ ਲੱਗ ਗਈ ਸਾਰੀ ਮੰਨਦੇ ਆ ਠੀਕ ਆ ਜਦੋਂ ਪੈ ਗਈ ਉਦੋਂ ਕਬੂਤਰਾਂ ਦੇ ਲੈਣ ਦੇਣ ਨਾਲ ਪੈਂਦੀ ਹੈ ਬੜਾ ਬੜਾ ਵਧੀਆ ਸੱਜਣ ਨਾਲ ਪਊ ਜਾਂ ਲੈਣ ਦੇਣ ਜੇ ਤੇਰੇ ਖੁੱਟੇ ਸੱਜਣ ਲਾ ਬਸ ਇਹ 2 ਮਹੀਨੇ ਜੇ ਹੁਣ ਵਿਚਾਰ ਰੱਖਣਾ ਪੈਂਦਾ ਇਹਦੀ ਨਿਸ਼ਾਨੀ ਕੀ ਆ ਵੀ ਕਿਵੇਂ ਪਤਾ ਲੱਗ ਜਾਂਦਾ ਵੀ ਹੁਣ ਇਹ ਪੈਣ ਲੱਗ ਗਈ ਜਾਂ ਇਹ ਉਹੀ ਪਾਣੀ ਆ ਗਿਆ ਬਟਾ ਖੁੱਡੇ ਦੇ ਜਦੋਂ ਤੌੜੀ ਹੁੰਦੀ ਹੈ ਜਿੱਥੇ ਉੱਥੇ ਵੱਧ ਬਹਿਣ ਲੱਗ ਮੂਰੇ ਵੜਨ ਗਿਆ ਕਿ ਬਸ ਇੱਕ ਨੇ ਪਾਣੀ ਪੀ ਲਿਆ ਮਗਰ ਦੂਜਾ ਉਹ ਉਦੋਂ ਪਤਾ ਲੱਗਣਾ ਪੋਟੇ ਭਰ ਲੈਂਦੇ ਫੇਰ ਤੇ ਮੰਨਦੇ ਆ ਠੀਕ ਆ ਬੁਖਾਰ ਹੋ ਜਾਂਦਾ ਇਹਨਾਂ ਨੂੰ ਬੁਖਾਰ ਨਾਲ ਫਿਰ ਟੁੱਟਦਾ ਨਹੀਂ ਇਹ ਬਸ ਬੁਖਾਰ ਕਮ ਹੋ ਜਾਂਦਾ ਅੱਛਾ ਫੇਰ ਬੁਖਾਰ ਨਹੀਂ ਟੁੱਟਦਾ ਬਸ ਬੁਖਾਰ ਤੇ ਬਿੱਠਾਂ ਬੁੱਠਾਂ ਦਾ ਵੀ ਪਤਾ ਹਰੀਆਂ ਮਾਰਦੇ ਹੋ ਬਿੱਠਾਂ ਬਾਅਦ ਚ ਮਾਰ ਲੱਗਦੇ ਹਰੀਆਂ ਜਦੋਂ ਜਮਾ ਕੰਮ ਹੋ ਜੇ ਕਬੂਤਰੀਆਂ ਦੇਖ ਕੇ ਸਵੇਰ ਨੂੰ ਬੱਚਾ ਦੇਖਿਆ ਜਦੋਂ ਉਹਦੇ ਕੋਈ ਵੀਰੇ ਕੋਲ ਛੱਡ ਗਿਆ ਸੀ ਜਿਹੜਾ ਘੁੰਮਦਾ ਸੀ ਕਹਿੰਦਾ ਜਰਾ ਆਏ ਹੋ ਗਿਆ ਮੈਂ ਕਿਹਾ ਬਾਈ ਖੁੱਡਾ ਖਾਲੀ ਕਰ ਮੈਂ ਕਿਹਾ ਬਿਮਾਰ ਉਧਰੋਂ ਚੱਕ ਕੇ ਕਬੂਤਰੀ ਮੈਂ ਉੱਡਣ ਵਾਲੀ ਮੈਂ ਲਾਲਚ ਕੀਤਾ ਮੈਂ ਚੱਲ ਯਾਰ ਬਾਜੂ ਮੈਂ ਉੱਡਣ ਵਾਲੀਆਂ ਕਬੂਤਰੀਆਂ ਛੱਡਤੀ ਨਾਲ ਹੀ ਜਦੋਂ ਉੱਡਿਆ ਕਰਨ ਕਬੂਤਰ ਆ ਕੇ ਘੁੰਮਣ ਲੱਗ ਜਾਗਾ ਦੂਜਿਆਂ ਨੂੰ ਵੀ ਪੈ ਗਈ ਦੋ ਤਿੰਨ ਟੇਢੇ ਛੱਡੇ ਉੱਡ ਗਏ ਵਿੱਚ ਟੀਕੇ ਲਾਏ ਲੋਕ ਤਾਂ ਕਹਿੰਦੇ ਤੇ ਉੱਡਦੇ ਨਹੀਂ ਸਾਰਾ ਕੁਝ ਸਾਰਾ ਕੁਝ ਹੋ ਜਾਂਦਾ ਅੱਛਾ ਅੱਛਾ ਜੀ ਠੀਕ ਕਬੂਤਰ ਨਸਲ ਚੰਗਾ ਬਾਈ ਲਾਜ ਇਹਦਾ ਕੋਈ ਲਾਜ ਜੀ ਆਪਾਂ ਤਾਂ ਦੋ ਤਾਂ ਬੈਰੀ ਬਾਨੀ ਆਈ ਇਹਦਾ ਬੈਰੀ ਬਾਨਾ ਉੱਥੇ ਖੜਾ ਦਿੰਦਾ ਬਸ
लसूटा इना बजे खाली टीका भी कुडे खाडे कि रखता ए नहीं पता ओ भी चल पू दूर दूर ठीक है जी ठीक है ते तो आड़ा फेवरेट खड़ारी कोई बढ़िया जेड़ा तुसी मान दियो भी यार बहुत बढ़िया कोई रौला रप्पा नहीं कुछ नहीं पाउंदे यार अपने फेवरेट ता यार पता की गला ना ता बाई देखया किते रौला पाउंदा बाकी तो थोनू पता ही ग्रुप ना तो कितने ग्रुप च रौला पाने ना बाई दी इतनी रिकॉर्डिंग सुनी है कि मैं ए किया जो किया किसी सोनी होनी है कोई कह दे यार मैं नहीं देखा है एवं कही जाइए कबूतर पता की गल जिवें हुण किसी दे कबूतर बह गया आपां नूं पता वा अपना जिहड़ा कबूतर बह गया आपां नूं पता नहीं हुण अंदर कौन है कौन नहीं वीर भाई भैण भाई कह के बड़ो जरा सारा कुछ कर सकते कापी आले दा बह गया कापी आले फड़ के लिया के दे दिया करन किड्डी गल कुछ नहीं कोई भी रौला रप्पा नहीं पैंदा रौला नहीं जिहदा नहीं दिंदा उहनूं इक बंदे नूं कह दो भाई कबूतर दिंदा किन्ने क सड़ाउणे चाहीदे पिंड च कबूतर दा जी बाले वध तों वध क्योंकि एक बंद जिवें पांच चार बंद दस बंद हो जे दस दस कबूतर वंड के देते सजाल बहुत वधिया हुंदा जिवें कापी आले तुसी दस जने हो बंदे आपदे ग्रुप दे पांच सत जने दस जने जे दो जने भी खड़ गए कापी ते पांच जने भी खड़ गए मन के चल कोले आले दाले खड़ी जांदे मुंडे कि कई एदे निगाह नहीं पैंदा भी फलाना देखी जरा कबूतर मेरे आली कापी ते दीदा नहीं देखी देखी तां देख लैंदा अगला सही है सही है हुण आपां घरे बैठे सौ पंजाह पंजाह दी सौ सौ दी बारी मैं पंजाह पंजाह सट्ठां दी बारी करा लैंदा कई वारी ठीक है घरे मैं भी भी पच्ची पच्ची पंजाह पंजाह करे कबूतर उड़ जाने आले दाले उड़दे हुंदे आ कबूतर जेड़े नसलो चंगे मैं ये देखा बाई को भी आ जेड़े कबूतर नसलो चंगे जाते नहीं होंगे सियाने इन्ने होंगे कबूतर चलो बाकी जिम्मे अगले का कबूतर का नसलों जरूरी चंगा होना चाहिए चाहे गेड़ा ना दिंदा होवे जी खानदान का कबूतर होवे चाहे उन्हें गेड़ा ही ना दिता होवे जी ठीक है उड के आप बाला ऐसी बाई भी अणगज रख लेंदा मैं भी अणगज रख लेंदा उन्हां दा हुण किवें पता लग जूगा कि भाई ये उड्डे नहीं हैगा ਅਸਾ ਬਲੱਡ ਦਾ ਚੱਕਰ ਆ ਹਾਂ ਮੰਨ ਲਓ ਜੇ ਬਾਈ ਦੇ ਹੁਣ ਅਣਗਜ ਰੱਖਦੇ ਆ ਸੀ ਜਿਹੜੇ ਕਬੂਤਰ ਸਾਡੇ ਨਸਲ ਨੂੰ ਹੋਣਗੇ ਅਣਗਜ ਹੋਣਗੇ ਅਸੀਂ ਖੁੱਡੇ ਚੋਂ ਬਾਹਰ ਵੀ ਨਹੀਂ ਆਏ ਨਹੀਂ ਕਿ ਜਾਲਾਂ 'ਚ ਪਾ ਕੇ ਹਵਾ ਲਵਾਤੀ ਨਾ ਓਕੇ ਉਹ ਖੁੱਡਿਆਂ 'ਚ ਹੀ ਰਹਿਣਗੇ ਬਸ ਉੱਥੇ ਹੀ ਸਿਆਣੇ ਹੋ ਜਾਣਗੇ ਉੱਥੇ ਹੀ ਉਹਨਾਂ ਨੇ ਕਿਹਾ ਜਿਵੇਂ ਉਹ ਬੱਚਿਆਂ ਨੂੰ ਪੈ ਜਾਣਗੇ ਅਸਾ ਉਹਨਾਂ 'ਚ ਹੀ ਗਾਂ ਲਾ ਦਿਆ ਅਸੀਂ ਆਏ ਨਹੀਂ ਕਿ ਉਹ ਜੇ ਪੰਜ ਚਾਰ ਦਿਨ 10 ਦਿਨ ਸੋਹਣਾ ਲੱਗਣ ਲੱਗ ਗਿਆ ਕੱਢ ਲਓ ਨਾ ਜਿਹੜਾ ਕਹਿਤਾ ਤਾਂ ਕੱਟਤਾ ਕੱਟਤਾ ਸਾਡਾ ਇਹ ਨਿਸ਼ਾਨੀ ਆ ਨਾ ਸਰ ਨਹੀਂ ਸਾਰੀ ਰੱਖਣਾ ਅਸੀਂ ਕੈਂਚੀ ਨਹੀਂ ਲਾਉਣਾ कबूतर छोटा हुंदा वध उड गया उहने वड्डे होए ने कुत्ता करूगा दूजा वध उड्डण लग जांदा फर्क पैंदा जी
ਇਹਦਾ ਪਿਆ ਹੋਇਆ ਮੇਰੇ ਵੀ ਦੇ ਮੈਂ ਆਪਦੇ ਹੱਥਾਂ ਮੈਂ ਆਪ ਕਰੇ ਹੋਏ ਦੇਖਿਆ ਜਿਹੜੇ ਮੇਰੇ ਕਬੂਤਰ ਬਚੇ ਹੁੰਦੇ ਗੇੜਾ ਨਹੀਂ ਦਿੰਦੇ ਉਹ ਮੇਰੇ ਪੱਟਲੇ ਹੋਏ ਇੰਨਾ ਕੁ ਜ਼ਿਆਦਾ ਉੱਡਦੇ ਨਜਾਇਜ਼ ਉੱਡਦੇ ਜਿਹੜੇ ਦੂਜੇ ਪੱਲੇ ਸਾਹਿਬ ਆਹ ਬਚੇ ਹੁੰਦੇ ਉੱਡ ਗਏ ਉਹ ਇੰਨਾ ਕੁ ਜਾਂਦੇ ਮੈਂ ਦੇਖਿਆ ਇੱਧਰ ਬਹਿ ਗਏ ਕਿਤੇ ਇੱਧਰ ਬਹਿ ਗਏ ਉਹਨਾਂ ਨੇ ਉਹੋ ਜਿਹੀ ਚਸ ਨਹੀਂ ਬਣਾਉਣੀ ਜਿੰਨੇ ਛੋਟੇ ਹੁੰਦੇ ਘੱਟ ਉੱਡਣ ਮੇਰੇ ਕਬੂਤਰ ਠੀਕ ਆ ਤੇ ਜਿਵੇਂ ਆਪਾਂ ਵਧੀਆ ਨਸਲ ਦੇ ਕਬੂਤਰਾਂ ਦੇ ਬੱਚੇ ਆਂਡੇ ਦੂਜਿਆਂ ਥੱਲੇ ਗੋਲਿਆਂ ਥੱਲੇ ਜਾਂ ਲੱਕਿਆਂ ਥੱਲੇ ਪਲਾ ਲੈਂਦੇ ਆ ਬੱਚੇ ਉਹਦਾ ਵੀ ਫਰਕ ਪੈਂਦਾ ਵੀ ਉੱਡਣ ਚ ਜਾਂ ਨਹੀਂ ਕੋਈ ਚੱਕਰ ਮਾੜਾ ਮੋਟਾ ਪੈਂਦਾ ਜੀ ਜਿਹੜਾ ਗੋਲਿਆਂ ਥੱਲੇ ਪਲਾਉਂਦੇ ਆ ਗੋਲਿਆਂ ਵਾਲਾ ਕਰ ਜਾਂਦਾ ਵਾ ਦੂਜਾ ਨਹੀਂ ਕਰਦਾ ਹੈਗਾ ਦੂਜੇ ਦਾ ਤਾਂ ਆਪਾਂ ਕਿਤੇ ਪਲਾਏ ਨਹੀਂ ਐਵੇਂ ਕਹਦੀ ਗੋਲਿਆਂ ਵਾਲਾ ਨਾ ਆਥਣੇ ਜਦੋਂ ਕੱਲਾ ਜਾ ਰਹਿ ਜੂਗਾ ਕਬੂਤਰ ਉਹ ਡਾਜਾ ਮਾਰਨ ਲੱਗ ਜੂ 90% ਮੈਂ ਦੇਖਿਆ ਵਾ ਮੇਰੇ ਇੱਥੇ ਗੋਲੇ ਰੱਖੇ ਹੋਏ ਸੀ ਗੋਲਿਆਂ ਥੱਲੇ ਮੈਂ ਕਢਾ ਕੇ ਬਾਜ਼ੀਆਂ ਵੀ ਜਿੱਤਿਆ ਕਈ ਪਰ ਜਾਣੀ ਦੀ ਆਥਣ ਵੇਲੇ ਇਹਨਾਂ ਦਾ ਪਤਾ ਨਹੀਂ ਲੱਗਦਾ ਸੀ ਕਦੋਂ ਕਿਹੜੇ ਵੇਲੇ ਅੰਦਰ ਵੜ ਜਾਣਾ ਓਕੇ ਅੰਦਰ ਗੋਲਿਆਂ ਨੂੰ ਕਰਨ ਲੱਗ ਜਾਂਦੇ ਸੀ ਅੰਦਰ ਵੜਨਾ ਹੀ ਵੜਨਾ ਪਤਾ ਨਹੀਂ ਇਹਨਾਂ ਦੇ ਕੀ ਆਣ ਪਤਾ ਨਹੀਂ ਕੀ ਹੋਇਆ ਉਹ ਅੰਦਰ ਵੜਨਾ ਹੀ ਵੜਨਾ ਜੀ ਇਹਨਾਂ ਨੇ ਠੀਕ ਆ ਜਦੋਂ ਸ਼ਾਮ ਨੂੰ ਐ ਹਾਂ ਜੀ ਜਮਾ ਠੀਕ ਆ ਠੀਕ ਤੇ ਠੀਕ ਆ ਜੀ ਤੁਹਾਡਾ ਬਹੁਤ ਧੰਨਵਾਦ ਹੁਣ ਆਪਾਂ ਨਾ ਦੋਸਤਾਂ ਨੂੰ ਤੁਹਾਡੇ ਕਬੂਤਰਾਂ ਦਾ ਸ਼ੌਂਕ ਕਰਾਉਂਦੇ ਆ ਹਾਂ ਜੀ ਵੀ ਕਿਹੜਾ ਕਿੱਥੇ ਜਿੱਤਿਆ ਕੱਲਾ ਕੱਲਾ ਤੁਸੀਂ ਦਿਖਾਇਓ ਫੌਜੀ ਵਾਲੇ ਹੋਰ ਧੰਨਵਾਦ ਤੁਹਾਡਾ ਤਾਂ ਦਿਖਾਉਣੀ ਹਾਂ ਜੀ ਵੀਰ ਜੀ ਦਿਖਾਇਓ ਇਹਦੀ ਕੀ ਹਿਸਟਰੀ ਹੈ ਦੱਸੋ ਇਹ ਜੀ ਫੌਜੀ ਵਾਲੇ ਕਬੂਤਰ ਆ ਠੀਕ ਆ ਜੀ ਖੱਟੀ ਕਾਲੀ ਦੇ ਵੱਜਦੇ ਸੀ ਓਕੇ ਆਹ ਦੇਖੋ ਇਹਨਾਂ ਦੀ ਅੱਖ ਵੀ ਆਏ ਆ ਠੀਕ ਹੈ ਜੀ ਖੱਟੀ ਅੱਖ ਇਧਰਲੀ ਕਾਲੀ ਹੈ ਜੀ ਓਕੇ ਅਸੇ ਖੱਟੀ ਕਾਲੀ ਦੀ ਆ ਹਾਂ ਖੱਟੀ ਕਾਲੀ ਦੀ ਆ ਜੀ ਇਹ ਜਿਆਦਾ ਟੀਰੇ ਵੀ ਆ ਇਹ ਚਿੱਟੀ ਟੀਰੇ ਚਿੱਟੇ ਟੀਰ ਵਾਲੇ ਵੀ ਕੱਢਦੇ ਆ ਇਹ ਠੀਕ ਹੈ ਜੀ ਸਾਰੀ ਜਣੀ ਦੀ ਅੱਖਾਂ ਉੱਖਾਂ ਦਾ ਕੱਢੀ ਜਾਂਦੇ ਆ ਇਹ ਜਣੀ ਦੀ ਜਣੀ ਦੀ ਇਹ ਬਲੱਡ ਬਾਹਲਾ ਜਿਆਦਾ ਜਿਹੜੇ ਆਹ ਖੱਟੀ ਕਾਲੀ ਦਾ ਕੱਢਦੇ ਆ ਅਸੀਂ ਡਾਉਂਦੇ ਨਹੀਂ ਬਹੁਤ ਘੱਟ ਰੱਖ ਕੇ ਖੋਸ ਇਹਨਾਂ ਨੂੰ ਠੀਕ ਹੈ ਇਹ ਅਸਾਂ ਫਿਰ ਬਰੀਡ ਨੂੰ ਰੱਖ ਲੈਂਦੇ ਹਾਂ ਇਹ ਬਰੀਡ ਨੂੰ ਇਹਨਾਂ ਦੇ ਇੰਨੇ ਕਿ ਜਿਆਦਾ ਲਾਤ ਉੱਡਦੀ ਆ ਜੀ ਹਾਂ ਜੀ ਇਹ ਆ ਜੀ ਫੌਜੀ ਵਾਲੇ ਜਿਹੜੇ ਟਾਂਕੀ ਵਾਲੇ ਵੱਜਦੇ ਨੇ ਇਹ ਠੀਕ ਆ ਐਂ ਟਾਂਕ ਕੱਢਦੇ ਨੇ ਆ ਦੇਖੋ ਠੀਕ ਆ ਵੱਖ ਨੇੜੇ ਫੜ ਕੇ ਠੀਕ ਆ ਜੀ ਆਏ ਦੋਨੇ ਸਾਈਡਾਂ ਹੋਈਆਂ ਹਾਂ ਇਹਦੇ ਹੁਣ ਪਾਉਣ ਲੱਗਿਆ ਇਹ ਜਣੀ ਦੀ ਹੈਗਾ ਜੀ 10 12 ਸਾਲਾਂ ਦਾ ਪੱਠਾ ਬਾਹਲੇ ਜ਼ਿਆਦਾ ਕਬੂਤਰ ਜ਼ਿਆਦਾ ਨਜਾਇਜ਼ ਇਹ ਇਹ ਵੀ ਬੱਚਿਆਂ ਦੀ ਖਾਤਰ ਰੱਖਿਆ ਹੋਇਆ ਫਿਰ ਹਾਂ ਇਹ ਵੱਡੇ ਨਹੀਂ ਆ ਦੇਖੋ ਸਾਰਿਆਂ ਦੇ ਇਹਨਾਂ ਪੱਲੇ ਪੁੱਲੇ ਪੂਰੇ ਆਏ ਨਹੀਂ ਹੈਗਾ ਕਿ ਕਿਤੇ ਬਿਲਡ ਵੀ ਰਹਿ ਜੀ ਠੀਕ ਆ ਉੱਡਣ ਨੂੰ ਤਾਂ ਬਾਹਲੇ ਦਲੇਰ ਨੇ ਪੱਲਾ ਪੈਰ ਪੂਰ ਦੇਖੋ ਇਹਨਾਂ ਦੇ ਜਮਾ ਐ ਕਾਲੇ ਨੇ ਜਿਵੇਂ ਤੇਲ ਫੇਰਿਆ ਹੁੰਦਾ ਠੀਕ ਹੈ ਆ ਦੇਖੋ ਜਮਾ ਪੈਰਾਂ ਦਾ ਵੀ ਐ ਫਿਰ ਫਰਕ ਪੈਂਦਾ ਹਾਂ ਪੈਰਾਂ ਦਾ ਜ਼ਰੂਰੀ ਹੈ ਕਬੂਤਰ ਦਾ ਸਾਰਾ ਤਾਲਮੇਲ ਹੋਣਾ ਚਾਹੀਦਾ ਜੀ ਠੀਕ ਸਾਰੇ ਪਾਸੇ ਪੂਰਾ ਹੋਣਾ ਚਾਹੀਦਾ ਵੱਡੀ ਗੱਲ ਤਾਂ ਪੂਰੇ ਦੀ ਆਸਰਾ ਕਬੂਤਰ ਇਹ ਨਹੀਂ ਹੈਗਾ ਜਿਹੜਾ ਸਾਹ ਖਾ ਕੇ ਨਿਕਲ ਜਾਂਦਾ ਕਿਸੇ ਨੂੰ ਸਕਾ ਭਾਈ ਜੀ ਖੱਟੀ ਕਾਲੀ ਦਾ ਜੀਤੇ ਦੇ ਘਰੇ ਬੱਚੇ ਕੱਢਿਆ ਭੈਣੀ ਵਾਲੀ ਕਬੂਤਰੀ ਵੱਜਦੀ ਹੁੰਦੀ ਹਾਂ ਜੀ ਭੈਣੀ ਵਾਲੀ ਕਬੂਤਰੀ ਵੱਜਦੀ ਸੀ ਉਹਨਾਂ ਨਾਲ ਬਹੁਤ ਜ਼ਿਆਦਾ ਇਹ ਲਾਦ ਉੱਡਦੀ ਹੈ ਭੈਣੀ ਭੂਣੀ ਵਾਲੇ ਕਬੂਤਰਾਂ ਨਾਲ ਕਹਿੰਦੇ ਵੱਜਦੇ ਆ ਬਹੁਤ ਨਜਾਇਜ਼ ਹੀ ਉੱਡਦੇ ਆ ਜੀ ਇਹ ਠੀਕ ਆ ਜੀ ਇਹਦਾ ਮੈਂ ਕਹਿੰਦਾ ਇਹਦੇ ਨੇ ਫਿਰ ਕਿਹੜੀ ਮਿਸ ਪਾਉਂਦੇ ਹੋ ਹੋਰ ਇਹ ਜੀ ਆਪਾਂ ਪਾ ਦਿੰਦੇ ਆ ਬਾਜੇ ਵਾਲੇ ਕਬੂਤਰ ਜੀ ਠੀਕ ਆ ਫਿਰ ਉੱਡਦੇ ਆ ਬਾਜੇ ਵਾਲੇ ਪਾ ਦਈਏ ਗੁਰਦੇਵ ਵਾਲੇ ਪਾ ਦਈਏ ਇਹਨਾਂ ਨੂੰ ਜਾਣੀ ਦੀ ਡਾਨ ਵਾਲੇ ਕਬੂਤਰ ਜਿਹੜਾ ਮਰਜ਼ੀ ਆ ਕਾਕੇ ਵਾਲੇ ਵੀ ਪਾ ਦਿੰਦੇ ਆਪਾਂ ਠੀਕ ਆ ਜੀਤੇ ਵਾਲੇ ਕਬੂਤਰ ਪਾਦੇ ਨਹੀਂ ਬਿਲਕੁਲ ਨਾ 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 ਇੱਕ ਕਬੂਤਰ ਸਾਡੇ ਕੋਲੇ ਹੋਰ ਆਇਆ ਸੀ ਜੀਤੇ ਦਾ ਬਾਲੀਆਂ ਬਾਜੀਆਂ ਦੋ ਤਿੰਨ ਉੱਡਿਆ ਹੋਇਆ ਸੀਗਾ ਮੇਰੇ ਘਰੇ ਬੱਚੇ ਉਹ ਕੱਢ ਗਏ 8-9 ਬੱਚੇ ਓਕੇ ਉਹਦੀਆਂ ਕਬੂਤਰੀਆਂ ਉਹਦੇ ਬਾਲੀਆਂ ਚੰਗੀਆਂ ਨਜਾਇਜ਼ ਵੀ ਪੱਠੇ ਵੀ ਆਪਣੇ ਕੋਲੇ ਨਰ ਵੀ ਆ ਉਹ 8 ਬੱਚੇ ਸੀਗੇ 8 ਚੋਂ ਇੱਕ 2 ਮਰੇ ਸੀ ਆਪਣੇ ਕੋਲੇ ਜਦੋਂ ਅਟੈਕ ਚ ਆ ਕੇ ਬਾਕੀ ਗਰਮੀ ਚ ਜ਼ਿਆਦਾ ਸੜਦੇ ਹੋ ਤੁਸੀਂ ਹਾਂ ਗਰਮੀ ਦੇ ਹੀ ਆ ਜੀ ਬਾਕੀ ਦਾ ਟਾਈਮ ਆਪਣੇ ਕੋਲੇ ਕੰਮ ਕੁੰਮ ਦਾ ਹੀ ਆ ਜੀ ਅੱਛਾ ਜੀ ਹਾਂ ਜੀ ਪੈਰ ਤਾਂ ਇਹਦੇ ਪੂਰੇ ਇਹ ਜਾਮ ਨਹੀਂ ਨੇ ਜੀ ਠੀਕ ਹੈ ਜੀ ਹਾਂ ਇਹ ਨਹੀਂ ਆਏ ਨਹੀਂ ਇਹ ਜਮਾ ਇਹ ਫਰਕ ਹੀ ਨਹੀਂ ਕੱਢਦੇ ਜੇ ਕੱਢ ਵੀ ਲੈਂਦੇ ਨਾ ਸਿਆਲਾਂ ਚ ਮੋਟੀਆਂ ਲੱਤਾਂ ਲੁੱਤਾਂ ਹੁੰਦੀਆਂ ਨੇ ਕਈ ਵਾਰੀ ਬੱਚਿਆਂ ਦੇ ਦੇਖ ਲੈਣ ਜਦੋਂ ਡਾਈਆਂ ਪਾਲੀਆਂ ਉਹਨਾਂ ਜਮਾ ਸੰਟਿਆ ਜਾਂਦਾ ਜੀ ਸਰੀਰ ਇਹਨਾਂ ਦਾ ਪੂਰਾ ਆਏ ਨਹੀਂ ਹੈਗਾ ਓਕੇ ਇੱਕ ਆ ਕਬੂਤਰ ਆਪਾਂ ਮੁੱਲ ਲਿਆ ਸੀਗਾ ਜੀ ਠੀਕ ਹੈ ਜੀ ਕਿੱਥੋਂ ਲਿਆ ਸੀ ਇਹ ਉਧਰੋਂ ਪੈਲ ਕਿੰਨੀ ਵੇ 9 ਬਾਜੀਆਂ ਉੱਡਿਆ ਹੋਇਆ ਸੀਗਾ ਜੀ ਉਹਨਾਂ ਦੇ ਕੋਲ ਉੱਥੇ ਜਿੱਥੋਂ ਲਿਆ ਹਾਂ ਉਹਨਾਂ ਕੋਲ ਹਾਂ 9 ਬਾਜੀਆਂ ਉੱਡਿਆ ਸੀ 9 ਜਿੱਤੇ ਹੀ ਜਿੱਤਿਆ ਸੀਗਾ ਸ਼ਾਖਾ ਕਬੂਤਰ ਸੀਗਾ ਇਹ ਓਕੇ 9 ਬਾਜੀਆਂ ਜਿੱਤਿਆ ਹਾਂ ਜਿੱਤਿਆ ਹੋਇਆ ਸੀਗਾ ਉਹਨਾਂ ਨੇ ਮੈਨੂੰ ਦਿੱਤਾ ਸੀ ਇਹ 10,000 ਦਾ ਕਬੂਤਰ ਲਿਆ ਸੀ ਕਿਹੜੇ ਸਨ ਚ ਜੀ ਇਹ ਮੈਂ ਕਹਿੰਦਾ ਇਹ ਲਿਆ ਜੀ ਇਹ 10 ਚ ਲੈ ਕੇ ਆਇਆ ਸੀ ਠੀਕ ਆ ਇਹ 10 ਚ ਲੈ ਕੇ ਆਇਆ ਸੀ ਬਾਅਦ ਚ ਦੇ ਹਾਂ ਬੜਾ ਜ਼ਿਆਦਾ ਇਹਦੀ ਨਜਾਇਜ਼ ਲਾਤ ਉੱਡਦੀ ਆ ਸਾਡੇ ਕੋਲੇ ਪੁੱਛੋ ਨਾ ਜੀ ਆ ਜਿਹੜੇ ਸ਼ਾਹ ਸਾਡੇ ਕੋਲੇ ਵੀ ਬਹੁਤ ਉੱਡੇ ਦੇ ਬੱਚੇ ਹਾਂ ਬਾਂਬੀ ਕੱਢਦੇ ਆ ਜੀ ਹੁਣ ਵੀ ਆ ਦੇ ਸ਼ਾਹ ਅੱਖੇ ਨੇ ਮੈਂ ਕਹਿੰਦਾ ਕਿ ਇਹਦੇ ਹੋਣਗੇ ਸਹੀ 7 ਬੱਚੇ ਆ ਕਿਹੜੇ ਨਾ ਮੈਸ ਪਾਈ ਵੇ ਫਿਰ ਇਹਦੀ ਇਹ ਜੀ ਪਾਇਆ ਇਹਨਾਂ ਨਾਲ ਇਹ ਫੌਜੀ ਵਾਲੇ ਕੋਲ ਅਸਾਂ ਫੌਜੀ ਇਹਦੀ ਪੱਠੀ ਲਾਤੀ ਸੀ ਅਸੀਂ ਚੱਕ ਕੇ ਠੀਕ ਹੈ ਬਹੁਤ ਜ਼ਿਆਦਾ ਉੱਡੇ ਇਧਰੋਂ ਤਾਂ ਵਿਚਾਰਾ ਕਾਣਾ ਹੋ ਗਿਆ ਸੀ ਇਹ ਕਾਣੇ ਹੋ ਗਏ ਸੀ ਐਂ ਟੈਕ ਨਾਲ ਮਰਿਆ ਮੇਰੇ ਕਬੂਤਰ ਟੋਕਰਿਆਂ ਦੇ ਟੋਕਰੇ ਮਰ ਗਏ ਉਦੋਂ ਕਬੂਤਰ ਮੰਨ ਗਿਆ ਹੋਊਗਾ 250-300 ਕਬੂਤਰ ਜੀ ਠੀਕ ਹੈ ਜੀ ਮੇਰੇ ਕੋਲ ਉਦੋਂ ਸੀਗਾ ਬਥੇਰੇ ਕਬੂਤਰ ਤਾਂ ਹੁਣ ਵੀ ਇੰਨੇ ਹੀ ਆਪਾਂ ਕਰਕੇ ਓਕੇ ਹਾਂ ਜੀ ਆ ਵੀ ਆ ਦੇਖੋ ਆ ਟੀਰ ਕੱਢਦੇ ਆ ਇਹ ਠੀਕ ਆ ਦੇਖ ਐਂ ਟੀਰ ਪਾ ਜਾਂਦੇ ਆ ਇਹ ਅਸਾਂ ਐਂ ਹੌਲੀ ਹੌਲੀ ਵਧੀ ਜਾਂਦਾ ਇਹਨਾਂ ਦਾ ਟੀਰ ਹਾਂ
ਵਧੀ ਜਾਣਾ ਜੀ ਇਹ ਦੋਨੇ ਪਾਸੇ ਆ ਹਾਂ ਇੱਕ ਪਾਸੇ ਆ ਜੀ ਅੱਛਾ ਇਹਦੇ ਇੱਕ ਪਾਸੇ ਹਾਂ ਇਹਦੀ ਮਾਂ ਦੇ ਵੀ ਆ ਠੀਕ ਹੈ ਜੀ ਇਹ ਤਾਂ ਬਾਹਲੇ ਜ਼ਿਆਦਾ ਚੰਗੇ ਆ ਦੇਖੋ ਵਿੱਚ ਵਿੱਚ ਲਾਲ ਲੌਂਗ ਕੱਢ ਦਿੰਦੇ ਨੇ ਕੋਈ ਨਾ ਕੋਈ ਆਹ ਦੇਖੋ ਜੀ ਸਾਹ ਆਖਿਆ ਜਿਹੜੇ ਆਹ ਦੇਖੋ ਲਾਲ ਲੌਂਗ ਇਹਨਾਂ ਦੇ ਓਕੇ ਆਹ ਦੇਖੋ ਕੋਈ ਕਿਵੇਂ ਕਹਿ ਦਿੰਦਾ ਕੋਈ ਕਿਵੇਂ ਕਹਿ ਦਿੰਦਾ ਸਾਨੂੰ ਤਾਂ ਇਹਨਾਂ ਦਾ ਰਿਜ਼ਲਟ ਦਾ ਪਤਾ ਨਾ ਅਸੀਂ ਆਪਦੇ ਹੱਥ ਨਾਲ ਡਾਏ ਹੋਏ ਨੇ ਠੀਕ ਹੈ ਜੀ ਠੀਕ ਆ ਠੀਕ ਹਾਂ ਕਾਲੀ ਜਿੰਨੀ ਇਹਨਾਂ ਦੀ ਲਾਦ ਵਾਲੀ ਜ਼ਿਆਦੇ ਆ ਜੀ ਅੱਛਾ ਜੀ ਬਹੁਤ ਜ਼ਿਆਦੇ ਨਜਾਇਜ਼ ਇਹਦੀ ਲਾਦ ਵਾਦਾ ਹਾਂ ਜੀ ਇਹਦੇ ਡੱਬ ਵਾਲੀ ਕਬੂਤਰੀ ਆ ਆਹ ਟੀਰੇ ਟੂਰੇ ਸਾਰੇ ਕੱਢਦੀ ਆ ਜੀ ਠੀਕ ਨਾਲ ਇਹਨਾਂ ਦੀ ਇਹ ਕਬੂਤਰੀ ਆ ਜੀ ਠੀਕ ਇਹ ਕਿਹੜੇ ਨਾਲ ਲਾਈ ਦੇ ਇਹ ਜੀ ਜੀਤੇ ਵਾਲੇ ਕਬੂਤਰ ਨੇ ਕੱਢੀ ਸੀ ਸਾਡੇ ਕੋਲ ਠੀਕ ਆ ਜਿਹੜਾ ਕਬੂਤਰ ਸੀਗਾ ਓਕੇ ਹਾਂ ਜੀ ਆਹ ਦੇਖੋ ਅੱਛਾ ਘਰ ਦੀ ਮਦੀਨੀ ਹੈ ਘਰ ਦੀ ਹਾਂ ਜੀਤੇ ਵਾਲੇ ਨੇ ਕੱਢੀਆਂ ਸੀ ਪੱਟੀਆਂ ਠੀਕ ਹੈ ਜੀ ਉਦੋਂ ਦੋ ਪੱਟੀਆਂ ਕੱਢੀਆਂ ਸੀ ਹਾਂ ਹਾਂ ਦੋ ਪੱਟੀਆਂ ਕੱਢੀਆਂ ਸੀਗੀਆਂ ਬਾਕੀ ਤਾਂ ਸਾਰੇ ਨਾਰੀ ਸੀ ਇੱਕ ਆ ਨਰ ਸੀ ਉਹਦਾ ਠੀਕ ਹਾਂ ਦੇਖ ਅਸਾਂ ਇਹ ਕਾਲਾ ਚੀਨਾ ਵੀ ਕਰਦੇ ਹਾਂ ਕਾਲਾ ਚੀਨਾ ਇੱਕ ਇਹਨਾਂ ਦੀ ਇਹ ਨਿਸ਼ਾਨੀ ਆ ਜੀ ਜਿਹੜੇ ਬਾਲੇ ਚੰਗੇ ਕਬੂਤਰ ਆ ਇਹ ਕਾਲੇ ਚੀਨੇ ਜਿੱਤੇ ਵਾਲਿਆਂ ਦੇ ਇਹ ਆ ਚਿੱਟੇ ਵਾਲੇ ਫੰਗ ਵਿੱਚ ਜੀ ਚਿੱਟੇ ਹੋਣਗੇ ਤਾਂ ਇੱਕ ਪਾਸੇ ਹੀ ਹੋਣਗੇ ਠੀਕ ਆ ਦੂਜੇ ਪਾਸੇ ਹਾਂ ਦੂਜੇ ਪਾਸੇ ਘੱਟ ਹੋਣਗੇ ਓਕੇ ਅਸਾਂ ਇੱਕ ਪਾਸੇ ਜ਼ਿਆਦਾ ਉਧਰ ਇੱਕ ਪਾਸੇ ਜਿੱਧਰ ਮਰਜੀ ਹੋਣ ਜਾਂ ਕਾਲੇ ਹੋਣ ਜਾਂ ਚਿੱਟੇ ਹੋਣ ਇਹਨਾਂ ਦੇ ਫਰਕ ਕੀ ਇਹ ਡੱਬ ਵਾਂਗੂ ਹੋ ਜਾਂਦਾ ਠੀਕ ਆ ਖੱਟੀਆਂ ਅੱਖਾਂ ਜੀ ਹਾਂ ਖੱਟੀਆਂ ਅੱਖਾਂ ਦੇ ਹਾਂ ਠੀਕ ਆ ਉਹਦੀ ਲਾਦ ਹੀ ਆ ਜੀ ਆ ਪੂਰੀ ਓਕੇ ਕੱਢਣੀ ਕੱਲੀ ਬਾਜੀ ਤੇ ਚਿੱਟੇ ਢੱਡ ਵਾਲੀ ਕਾਫੀ ਕੱਢੀ ਸੀ ਨਹੀਂ ਨਹੀਂ ਆਪਾਂ ਛੱਡਦੇ ਸੀ ਅੱਛਾ ਇਹ ਬੱਚਿਆਂ ਦੀ ਖਾਤਰੀ ਇਹ ਬੱਚਿਆਂ ਨੂੰ ਨਸਲ ਨੂੰ ਲਾ ਲਈ ਸੀ ਆਪਾਂ ਠੀਕ ਹੈ ਹਾਂ ਜੀ ਆਹ ਦੇਖੋ ਪੈਰਾਂ ਤੇ ਡੱਕੇ ਹਾਂ ਜੀ ਹਾਂ ਠੀਕ ਹੈ ਇਹ ਇਹਨਾਂ ਦੀ ਮਾਂ ਇੱਕ ਭੈਣ ਇਹਦੀ ਨੀਲੀ ਆ ਸਕੀ ਅੱਡ ਝੋਲੀ ਦੀ ਆ ਅੱਛਾ ਉਹ ਨੀਲੀ ਵੀ ਨੀਲੀ ਵੀ ਕੱਢਦੇ ਨੀਲੇ ਤਾਂ ਕੱਢਦੇ ਆ ਜਾਣੀ ਦੀ ਉਹਦੇ ਚੀਨੇ ਦੇ ਸਕੀ ਯਾਰ ਰਿਜ਼ਲਟ ਇਹ ਕਿਹੜੇ ਫੌਜੀ ਵਾਲੇ ਹਾਂ ਉਹਦੀ ਹੋਈ ਆ ਇਹ ਠੀਕ ਆ ਇਹ ਆਹ ਚੀਜ਼ ਵੀ ਕੱਢਦੇ ਆ ਜੀ ਕਾਲ ਸਿਰੇ ਓਕੇ ਇਹਨਾਂ ਦੇ ਆਦੇ ਇੱਕ ਖੰਭ ਕਾਲਾ ਜੇ ਇਹ ਲਾਲ ਹੋਣਗੇ ਤਾਂ ਫਿਰ ਉਹਨਾਂ ਦੇ ਲਾਲ ਫੰਗ ਕੱਢਣਗੇ ਜੇ ਕਾਲ ਸਿਰੇ ਆ ਤਾਂ ਫਿਰ ਇੱਕ ਅੱਧਾ ਕਾਲਾ ਕੱਢਦੇ ਆ ਹਾਂ ਆਦੇ ਪੂਛ ਵੀ ਹੁੰਦਾ ਇਹਨਾਂ ਦੇ ਕਾਲਾ ਪੂਛ ਵੀ ਹੁੰਦੇ ਆ ਜੀ ਆਹ ਦੇਖੋ ਠੀਕ ਆ ਇਹ ਤਾਂ ਵੱਡੀ ਕਬੂਤਰੀ ਆਦੇ ਪੂਛ ਵੀ ਆਏ ਹੁੰਦੇ ਆ ਓਕੇ ਓਕੇ ਹਾਂ ਜੀ ਅਸਾਂ ਆਏ ਵੀ ਕੱਢਦੇ ਆ ਕਾਲ ਸਿਰੇ ਬਹੁਤ ਜ਼ਿਆਦਾ ਨਜਾਇਜ਼ ਜਾਂ ਬਾਹਲੇ ਜ਼ਿਆਦਾ ਜੋਰ ਅੱਖਾਂ ਦਾ ਦਿਖਾ ਜੀ ਬਹੁਤ ਜ਼ਿਆਦਾ ਜ਼ੋਰ ਮਾਰਦੇ ਆ ਜੀ ਇਹ ਕਬੂਤਰ ਠੀਕ ਹੈ ਜੀ ਯਾਨੀ ਦੀ ਲੋਅ ਦੇ ਵਿੱਚ ਜਿਵੇਂ ਮਰਜ਼ੀ ਜਿਵੇਂ ਬੂਰੇ ਬਾਜ਼ੀਆਂ ਚੱਲ ਪਈਆਂ ਜਿਵੇਂ ਮਰਜ਼ੀ ਛੱਡੀ ਛੁੱਟੀ ਜਾਇਓ ਠੀਕ ਹੈ ਹਾਂ ਉਹ ਗੱਲ ਨਹੀਂ ਹੈਗੀ ਆ ਵੀ ਜੀਤੇ ਵਾਲੇ ਦੀ ਆ ਜੀ ਚੀਨੇ ਦੀ ਠੀਕ ਹਾਂ ਜੀ ਬਹੁਤ ਨਜਾਇਜ਼ ਚੰਗੇ ਆ ਜੀ ਬਾਹਲੀ ਜ਼ਿਆਦੇ ਇਹ ਵੀ ਮੈਂ ਕਹਿੰਦਾ ਜੀ ਇਹਦੀ ਲਾਤ ਇੰਨੀ ਘੁੱਟਦੀ ਆ ਸਾਡੇ ਕੋਲੇ ਪੁੱਛੋ ਨਾ ਇਹ ਕਬੂਤਰ ਹਾਂ ਹਾਂ ਇਹ ਤਿੰਨ ਚਾਰ ਕਬੂਤਰ ਨੇ ਜਾਣੀ ਦੀ ਇਹ ਘਮਾਏ ਹੋਏ ਆਪਣੇ ਕਬੂਤਰਾਂ 'ਚ ਜੀ ਠੀਕ ਹੈ ਜੀ ਹਾਂ ਅਸਾਂ ਮੈਸ ਪਾ ਲੈਣੇ ਹਾਂ ਹਾਂ ਆਪਾਂ ਕੱਢਦੇ ਹੀ ਨਹੀਂ ਹੈਗੇ ਤਾਂ ਕੱਢੇ ਹੀ ਨਹੀਂ ਗੇੜੇ ਹੀ ਨਹੀਂ ਦਵਾਇਆ ਕਦੇ ਯਾਰ ਅਸਾਂ ਪੂਸ ਕਾਲੀ ਹਾਂ ਪੂਸ ਕਾਲੀ ਹੈ ਜੀ ਇਹਨਾਂ ਦੀ ਲੋਹ ਵਾਲੇ ਆ ਜੀ ਇਹ ਲੋਹ ਵਾਲੇ ਆ ਇਹ ਕੋਨੇ ਆਲੂ ਵਾਲਾ ਕਬੂਤਰ ਚੱਕੇ ਲੋਹ ਨੂੰ ਹੀ ਹੈ ਜੀ ਲੋਹ ਵਾਲੇ ਆ ਮੈਂ ਅੱਜ ਕੱਲ ਤਾਂ ਇਹ ਭੱਜ ਜਾਂਦੇ ਆ ਸਾਡੇ ਹੋਏ ਜੀ ਠੀਕ ਹੈ ਜੀ ਭੱਜ ਭੁੱਜ ਜਾਂਦੇ ਖੜਦੇ ਨਹੀਂ ਲੋਹ ਨੂੰ ਖਾਂਦੇ ਆ ਹਾਂ ਯਾਰ ਨੇ ਆਲੂ ਵਾਲ ਬਾਜੀ ਬਹੁਤ ਜ਼ਿਆਦਾ ਨਜਾਇਜ਼ ਹੀ ਉੱਡਾ ਸੀ ਸਵੇਰੋਂ ਪਿੰਜਰਾ ਰੱਖ ਕੇ ਕਹਤਾ ਸੀ ਕਿ ਅੱਜ ਕਬੂਤਰ ਨਹੀਂ ਛੱਡਣਾ ਕਿਸੇ ਦਾ ਓਕੇ ਚੰਨ ਵੀ ਨਹੀਂ ਦਿੱਤਾ ਸੀਗਾ ਠੀਕ ਹੈ ਚਿੱਟੀਆਂ ਅੱਖਾਂ ਹਾਂ ਚਿੱਟੀਆਂ ਅੱਖਾਂ ਦਾ ਇਹ ਟੀਰੇ ਦਾ ਪੁੱਤ ਹੈ ਸਿਫੇ ਦਾ ਠੀਕ ਚਿੱਟੇ ਟੀਰਾ ਜਿਹੜਾ ਪਹਿਲਾਂ ਦਿਖਾਇਆ ਹਾਂ ਉਹਦਾ ਸਾਕਾ ਪੁੱਤਾ ਹੈ ਠੀਕ ਹੈ ਕਾਲਾ ਚੀਨਾ ਹਾਂ ਕਾਲਾ ਕਾਲੇ ਖੰਭ ਵੀ ਹੈ ਲਾਲ ਫੰਗ ਵੀ ਹੈ ਇਹਦੇ ਓਕੇ ਇਹ ਸਵੇਰੋਂ ਪਿੰਜਰਾ ਰੱਖ ਕੇ ਦੱਦਾ ਹੁਣ ਵਾਲੇ ਜੱਸੇ ਨੂੰ ਪੁੱਛ ਲਿਓ ਮੈਂ ਕਿਹਾ ਅੱਜ ਕਬੂਤਰ ਨੇ ਬਾਜੀ ਜਿੱਤਣੀ ਜਿੱਤਣੀ ਆ ਮੈਂ ਕਿਹਾ ਜੇ ਕੁਝ ਹੋ ਜੇ ਠੀਕ ਹੈ ਕਹਿੰਦਾ ਤੈਨੂੰ ਕਿਉਂ ਪਤਾ ਮੈਂ ਕਿਹਾ ਕਬੂਤਰ ਦੇਖੀ ਕਰਦਾ ਕੀ ਆ ਦੇਖ ਲਓ ਬਾਜੀ ਜਿੱਤ ਕੇ ਬਾਅਦ ਚੋਂ ਇਸ ਦਰਖਤਾਂ 'ਚ ਵੜ ਗਿਆ ਸੀਗਾ ਜੀ ਠੀਕ ਹੈ ਜੀ ਹਾਂ ਜੀ ਹੁਣ ਇਹ ਫਿਰ ਬੱਚਿਆਂ ਨੂੰ ਇਹ ਬੱਚਿਆਂ ਨੂੰ ਇਹਦੀ ਵੀ ਲਾਦ ਵਧੀਆ ਉੜਦੇ ਬਾਹਲੇ ਜ਼ਿਆਦਾ ਉੜਦੇ ਜੀ ਡੂੰਘੇ ਉੜਦੇ ਜਾਂ ਨਹੀਂ ਨਹੀਂ ਪੱਧਰ ਇਹ ਬਾਹਲੇ ਡੂੰਘੇ ਨਹੀਂ ਉੜਦੇ ਜੀ ਫੌਜੀ ਵਾਲੇ ਕਬੂਤਰ ਆ ਇਹ ਰਾਹ 'ਚੋਂ ਜੇ ਇਹ ਵੀਹ ਚੜਦੇ ਆ ਤਾਂ ਵੀਹਾਂ ਦੇ ਵਿੱਚੋਂ ਇਕੱਲੇ ਮੁੜੇ ਆਉਂਦੇ ਓਕੇ ਇਹਨਾਂ ਦਾ ਐ ਨਹੀਂ ਕਿ ਤੇ ਡਾਰ ਨਾਲ ਹੀ ਫਸਦੇ ਰਹਿਣਗੇ ਨਾ ਠੀਕ ਆ ਠੀਕ ਇਕੱਲੇ ਉੜਦੇ ਆ ਇਹ ਕਿਸੇ ਨਾਲ ਲੱਗ ਕੇ ਵੀ ਨਹੀਂ ਉੜਦੇ ਜੇ ਆਪਦੇ ਭੈਣ ਭਾਈ ਨੇ ਇਹ ਕੀ ਕਹਣਾ 5-7 ਮਿੰਟ ਨਾਲ ਲੱਗ ਕੇ ਉੜ ਜਾਣ ਨਹੀਂ ਇਹ ਵੀ ਅਲੱਗ-ਅਲੱਗ ਹੋ ਜਾਂਦੇ ਆ ਠੀਕ ਉੱਡਣ ਵੇਲੇ ਵੀ ਜੇ ਇੱਕ ਦੋ ਇੱਧਰ ਉੱਡਣਗੇ 2-4 ਇੱਧਰ ਉੱਡਣਗੇ ਇਕੱਠੇ ਵਿੱਚ ਇੱਕ ਕੁੱਡੇ ਝੁੰਮਣੀ ਆ ਇਕੱਠੇ ਨਹੀਂ ਉੜਦੇ ਨਾ 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 ਇਹ ਹੈ ਜੀ ਲਾਦ ਆ ਜੀ ਅੱਖਾਂ ਦੇ ਇਹਦੀਆਂ ਚਿੱਟੀਆਂ ਹਾਂ ਚਿੱਟੀਆਂ ਜੀ ਠੀਕ ਹੈ ਜੀ ਕਾਲੀ ਨੋਕ ਹਾਂ ਜੀ ਬਹੁਤ ਜ਼ਿਆਦਾ ਰਿਜ਼ਲਟ ਆਏ ਕਬੂਤਰਾਂ ਦਾ ਜੀ ਠੀਕ ਹੈ ਜੀ ਠੀਕ ਇਹ ਤਾਂ ਖਾ ਜਾਂਦੇ ਆ ਲੋ ਨੂੰ ਤਾਂ ਤੁਸੀਂ ਇਹ ਦੇਖ ਲਓ ਤੂੰ ਹੁਣ ਵੀ ਕੱਢਦਾ ਸੀ ਭੈਣ ਹਨੇਰਾ ਹੀ ਕਰਨ ਲੱਗਾ ਸੀ ਹਾਂ ਜੀ ਆਹ ਦੇਖੋ ਜੀ ਅੱਜ ਇਹ ਮੀਰਾ ਕਹਿੰਦੇ ਲੋਕ ਠੀਕ ਆ ਇਹ ਕਬੂਤਰ ਮੀਰਾ ਦਾ ਪਿਓਰ ਆ 100 ਪੈਸੇ ਆ ਜੀ ਠੀਕ ਆ ਜਮਾ ਨਾ ਪਿਓਰ ਆ ਮੀਰਾ ਵਾਲਾ ਜਮਾ ਜੀ ਜਮਾ ਐਂ ਕਹਿ ਦਈਏ ਬੜੀ ਗੱਲ ਕੀ ਆ ਚਾਰ ਘਰਾਂ ਦੇ ਜਿਹੇ ਚਾਰ ਜਾ ਕੇ ਛੱਡ ਦਈਏ ਇਹਨਾਂ ਨੇ ਲਾਦ ਓਕੇ ਇਹ ਕਿਤੇ ਹਰੇ ਨਹੀਂ ਨਾ ਅੱਜ ਬੈਠੇ ਆ ਕਿਤੇ ਕਿਸੇ ਦੇ ਭਜਦੇ ਨਹੀਂ ਨਿੱਕੇ ਨਿੱਕੇ ਪਿੰਡਾਂ ਤੇ ਉੱਡਣ ਜਾਣ ਵਾਲਾ ਤਾਂ ਵਰ ਕੇ ਹੀ ਛੱਡ ਦੋ ਜੀ ਠੀਕ ਇਹ ਚਲੇ ਜਾਣਗੇ ਜੇ ਚਲੇ ਵੀ ਗਏ ਮੁੜੇ ਆਉਂਦੇ ਆ ਪਿੱਛੇ ਇਹ ਕੀ ਨਿਸ਼ਾਨੀ ਆ ਵੀ ਇਹ ਨਿਸ਼ਾਨੀ ਇਹ ਕਬੂਤਰੀ ਸੀਗੀ ਜੀ ਹੁਣ ਤੁਹਾਨੂੰ ਦੱਸਾਂ
ਇੱਕ ਸਾਡੇ ਘਰੇ ਕਬੂਤਰੀ ਆਈ ਸੀਗੀ ਭੈਣੀ ਦੋ ਦੀਪੇ ਹੁਣੀ ਕਬੂਤਰਬਾਜ ਨੇ ਠੀਕ ਹੈ ਉਹ ਮੇਰੇ ਘਰੇ 20 ਦਿਨ ਕਬੂਤਰੀ ਲੈ ਗਈ ਸੀ ਓਕੇ ਖੱਟੀ ਕਾਲੀ ਦੀ ਕਬੂਤਰੀ ਸੀਗੀ ਠੀਕ ਹੈ ਇਹ ਉਹਦਾ ਪੱਠਾ ਵਾ ਜੀ ਅੱਛਾ ਜਮਾ।